ਭਾਜੀ ਮੈਂ ਨੈਕਸਟ ਵੀਕ ਆ ਰਿਹਾ ਕੈਲੀਫੋਰਨੀਆ ਮੈਂ ਕਰ ਲਾਂਗਾ ਬਿਜ਼ਨਸ ਆਫ ਦਾ ਵੀਕ ਮੈਨੂੰ ਭੁੱਖ ਲੱਗੀ ਕਿੱਥੇ ਆਇਆ ਆਊਟਲੈਟ ਦੇ ਵਿੱਚ ਕਰਦਾ ਤੁਹਾਡੇ ਨਾਲ ਗੱਲ ਕਰਦਾ ਭਾਜੀ ਬੱਲੇ 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 ਟੀਵੀ ਸਕਰੀਨਾਂ ਬੀਅਰਾਂ ਨਕਸ਼ੇ ਓਏ ਪੰਜਾਬ ਦਾ ਨਕਸ਼ਾ ਕਿਆ ਬਾਤ ਹੈ ਜੀ ਕਿਆ ਬਾਤਾਂ ਨੇ ਅੰਮ੍ਰਿਤਸਰ ਤਰਨ ਤਾਰਨ ਅਮਰੀਕਨ ਬ੍ਰਾਂਡ ਦੇ ਵਿੱਚ ਪੰਜਾਬ ਦਾ ਨਕਸ਼ਾ ਲਓ ਜੀ ਆਹ ਕੀ ਲਿਖਿਆ ਫਰੈਸ਼ ਡੋ ਮੇਡ ਡੇਲੀ ਆਹ ਤਾਂ ਆਪਾਂ ਘਰ 'ਚ ਬਣਾਉਂਦੇ ਹਾਂ ਰੋਟੀ ਓਹੋ ਆਹ ਕਿੱਥੇ ਸ਼ਿਕਾਗੋ ਪੀਜ਼ਾ ਤਾਂ ਨਹੀਂ ਹਾਂਜੀ ਹਾਂਜੀ ਇਹੀ ਤਾਂ ਹੈ ਸ਼ਿਕਾਗੋ ਪੀਜ਼ਾ ਜਿਹਨੂੰ ਆਪਾਂ ਲੱਭ ਰਹੇ ਸੀ ਬੇਕਰ ਫੀਲਡ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਤੇ ਪਹੁੰਚ ਗਈ ਸਾਡੀ ਟੀਮ ਸ਼ਿਕਾਗੋ ਪੀਜ਼ਾ ਕੈਲੀਫੋਰਨੀਆ ਜਿੱਥੇ ਅੱਜ ਕਰਾਂਗੇ ਅਸੀਂ ਆਪਣਾ ਹਰਮਨ ਪਿਆਰਾ ਸ਼ੋਅ ਕੀ ਬਿਜ਼ਨਸ ਆਫ ਦਾ ਵੀਕ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਦੱਸ ਰਹੇ ਕਿ ਅੱਜ ਟੀਮ ਸਾਡੀ ਪਹੁੰਚੀ ਹੋਈ ਹੈ ਬੇਕਰਸ ਫੀਲਡ ਜਿੱਥੇ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਮੇਰੇ ਨਾਲ ਇਸ ਟਾਈਮ ਹਰਦੀਪ ਮੌਜੂਦ ਹਨ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਕਿ ਅੱਗੇ ਕੀ ਕੀ ਪਲਾਨਸ ਹੈਗੇ ਆ ਕਾਰਪੋਰੇਟ ਦੀ ਜੇਕਰ ਗੱਲ ਕਰੀਏ ਤਾਂ ਹੁਣ ਕੈਨੇਡਾ ਦੇ ਵਿੱਚ ਵੀ ਜਾਣ ਵਾਲੀ ਹੈ ਸ਼ਿਕਾਗੋ ਪੀਜ਼ਾ ਜਾਣਨ ਦੀ ਕੋਸ਼ਿਸ਼ ਕਰਦੇ ਕੀ ਕੁਝ ਬਿਜ਼ਨਸ ਪਲਾਨਸ ਨੇ ਅੱਗੇ ਇਹਨਾਂ ਦੇ ਸੋ ਨੈਕਸਟ ਸਾਡੇ ਬਿਜ਼ਨਸ ਪਲਾਨ ਇੱਦਾਂ ਨੇ ਕਿ ਆਪਾਂ ਜੀ ਹੁਣ ਸਾਰੀਆਂ ਸਟੇਟਾਂ ਦੇ ਵਿੱਚ ਫਰੈਂਚਾਈਜ਼ ਆਪਣੀ ਦੇ ਰਹੇ ਹਾਂ ਸੋ ਜਿਹਨੇ ਵੀ ਫਰੈਂਚਾਈਜ਼ ਲਈ ਕੰਟੈਕਟ ਕਰਨਾ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਸਾਡਾ ਟੋਲ ਫਰੀ ਨੰਬਰ ਹੈ 1-877-888-9478 ਜਾਂ ਸਾਨੂੰ ਵੈਬਸਾਈਟ 'ਤੇ ਵੀ ਕੰਟੈਕਟ ਕਰ ਸਕਦੇ ਆ ਸ਼ਿਕਾਗੋ www.chicagospizzatwist.com ਅਤੇ ਨਾਲ ਹੀ ਸਾਨੂੰ ਜੇ ਈਮੇਲ ਰਾਹੀਂ ਕੰਟੈਕਟ ਕਰਨਾ support@chicagospizzatwist.com ਦੇ ਉੱਪਰ ਵੀ ਸਾਨੂੰ ਕੰਟੈਕਟ ਕਰ ਸਕਦੇ ਨੇ ਉਹ ਅਤੇ ਜੇਕਰ ਕਿਸੇ ਨੂੰ ਫਰੈਂਚਾਈਜ਼ੀ ਚਾਹੀਦੀ ਉਹਦੇ ਲਈ ਕੀ ਕ੍ਰਾਈਟੇਰੀਆ ਹੈਗਾ ਜਿੱਦਾਂ ਹੁਣ ਕਿਸੇ ਨੂੰ ਫਰੈਂਚਾਈਜ਼ ਚਾਹੀਦੀ ਉਹ ਸਾਨੂੰ ਸਪੋਰਟ ਦੇ ਉੱਪਰ ਆਪਾਂ ਨੂੰ ਕਰ ਸਕਦੇ ਆ ਕੰਟੈਕਟ ਅਤੇ ਆਪਣੇ 'ਚ ਉਹ 'ਚ ਆਪਣੀ ਕੰਪਨੀ SBA ਅਪਰੂਵਡ ਵੀ ਹੈਗੀ ਆ ਉਹ 20-25% ਡਾਊਨ ਦੇ ਕੇ ਲੋਨ ਲੈ ਸਕਦੇ ਆ ਸਾਡੀ ਕੰਪਨੀ ਦੇ ਥਰੂ ਜਿੱਦਾਂ ਲੋਅਰ ਇਨਵੈਸਟਮੈਂਟ ਦੇ ਉੱਪਰ ਕੋਈ ਵੀ ਉਹ ਬਿਜ਼ਨਸ ਆਪਦਾ ਬਿਲਡਅਪ ਕਰ ਸਕਦੇ ਆ ਜੇਕਰ ਤੁਸੀਂ ਵੀ ਆਪਣੀ ਸਿਟੀ ਦੇ ਵਿੱਚ ਸ਼ਿਕਾਗੋ ਪੀਜ਼ਾ ਚਾਹੁੰਦੇ ਹੋ ਤਾਂ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਔਰ ਜਿਹੜੀ ਵੈਬਸਾਈਟ ਇਹਨਾਂ ਨੇ ਦੱਸੀ ਹੈ ਉਸ ਵੈਬਸਾਈਟ 'ਤੇ ਜਾ ਕੇ ਤੁਸੀਂ ਜਿਹੜੀ ਹੋਰ ਡਿਟੇਲਸ ਹੈ ਉਹ ਲੈ ਸਕਦੇ ਹੋ ਇੱਕ ਵਾਰੀ ਦਰਸ਼ਕਾਂ ਨੂੰ ਵੈਬਸਾਈਟ ਦੁਬਾਰਾ ਦੱਸੋ ਵੈਬਸਾਈਟ ਹੈਗੀ ਆਪਣੀ www.chicagospizzatwist.com www.chicagospizzatwist.com ਤੋਂ ਜਾ ਕੇ ਤੁਸੀਂ ਜੇਕਰ ਤੁਹਾਨੂੰ ਫਰੈਂਚਾਈਜ਼ੀ ਚਾਹੀਦੀ ਹੈ ਜੇਕਰ ਤੁਸੀਂ ਵੀ ਖੋਲ੍ਹਣਾ ਚਾਹੁੰਦੇ ਹੋ ਸ਼ਿਕਾਗੋ ਪੀਜ਼ਾ ਦਾ ਸਟੋਰ ਆਪਣੇ ਸਿਟੀ ਦੇ ਵਿੱਚ ਤਾਂ ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਮੇਰੇ ਨਾਲ ਸ਼ਾਨ ਮੌਜੂਦ ਹਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਬੇਕਰਸਫੀਲਡ ਸ਼ਿਕਾਗੋ ਪੀਜ਼ਾ ਦੇ ਓਨਰ ਹਨ ਕਦ ਇਹਨਾਂ ਨੇ ਓਪਨ ਕੀਤਾ ਔਰ ਕਿਉਂ ਇਹਨਾਂ ਨੇ ਸ਼ਿਕਾਗੋ ਪੀਜ਼ਾ ਨੂੰ ਹੀ ਓਪਟ ਕੀਤਾ ਸਤਿ ਸ਼੍ਰੀ ਅਕਾਲ ਭਾਅ ਜੀ ਪਹਿਲਾਂ ਤੁਹਾਨੂੰ ਵੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਮੈਨੂੰ ਪੁੱਛਿਆ ਮੈਂ ਕਿਉਂ ਇਸ ਬ੍ਰਾਂਡ ਨਾਲ ਜੁੜਿਆ ਖਾਸ ਕਰਕੇ ਜੋ ਸ਼ਿਕਾਗੋਸ ਪੀਜ਼ਾ ਬ੍ਰਾਂਡ ਹੈ ਮਿਲੇਨੀਅਨ ਦਾ ਬ੍ਰਾਂਡ ਆ ਜੋ ਅੱਜ ਦੀ ਯੰਗ ਜਨਰੇਸ਼ਨ ਆ ਉਹ ਇਹਦੇ ਨਾਲ ਜੁੜਨਾ ਚਾਹੁੰਦੀ ਆ ਇਹਦਾ ਇੱਕ ਸਾਡਾ ਵੱਖਰਾ ਕਨਸੈਪਟ ਆ ਜੀ ਬੜਾ ਯੂਨੀਕ ਆ ਬਾਕੀ ਨਾਲੋਂ ਹਟ ਕੇ ਆ ਕਿਉਂਕਿ ਸਾਡੇ ਜੋ ਫਲੇਵਰ ਨੇ ਜੋ ਸਾਡੇ ਟੇਸਟ ਨੇ ਅਥੈਂਟਿਕ ਸਾਸਿਸ ਨੇ ਇਹ ਫਸਟ ਟਾਈਮ ਹੋਇਆ ਐਵਰ ਇੰਡਸਟਰੀ ਦੇ ਵਿੱਚ ਕਿ ਸ਼ਿਕਾਗੋ ਪੀਜ਼ੇ ਨੇ ਹੀ ਪਹਿਲੀ ਵਾਰ ਯੂਜ਼ ਕੀਤੀਆਂ ਪਹਿਲਾਂ ਕਦੇ ਹੋਈਆਂ ਨਹੀਂਗੀਆਂ ਸੋ ਇਸ ਚੀਜ਼ ਨੂੰ ਇੰਨਾ ਕਿ ਹੁਣ ਵੱਡਾ ਬ੍ਰਾਂਡ ਬਣ ਚੁੱਕਿਆ ਸੀ ਹਰ ਕੋਈ ਚਾਹੁੰਦਾ ਇਸ ਨਾਲ ਜੁੜਨਾ ਕਿ ਯਾਰ ਅਸੀਂ ਵੀ ਸ਼ਿਕਾਗੋ ਪੀਜ਼ਾ ਦਾ ਹਿੱਸਾ ਬਣੀਏ ਸੋ ਮੇਰੇ ਮਨ ਦੇ ਵਿੱਚ ਵੀ ਇਹ ਸੀਗੇ ਖਿਆਲਾਤ ਆਉਂਦੇ ਮੈਂ ਆਪਣੀ ਫੈਮਿਲੀ ਨਾਲ ਸਲਾਹ ਕੀਤੀ ਦੋਸਤਾਂ ਮਿੱਤਰਾਂ ਨਾਲ ਕੀਤੀ ਸਾਰਿਆਂ ਨੇ ਮੈਨੂੰ ਇਹੀ ਸਲਾਹ ਦਿੱਤੀ ਕਿ ਇਹ ਹੁਣ ਬੈਸਟ ਚਾਂਸ ਆ ਸ਼ਿਕਾਗੋਸ ਪੀਜ਼ਾ ਨਾਲ ਜੁੜਨ ਦਾ ਕਿਉਂਕਿ ਹੁਣ ਇਹ ਜੋ ਸਾਡਾ ਬ੍ਰਾਂਡ ਹੈ ਜੀ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਬਹੁਤ ਜ਼ਿਆਦਾ ਅਤੇ ਜੇਕਰ ਅਸੀਂ ਸੇਲ ਦੀ ਗੱਲ ਕਰੀਏ ਐਵਰੇਜ ਸੇਲ ਦੀ ਗੱਲ ਕਰੀਏ ਤਾਂ ਕਾਰੋਬਾਰ ਠੀਕ ਚੱਲ ਰਿਹਾ ਤੁਹਾਡਾ ਸੋ ਫਾਰ ਨੋ ਕੰਪਲੇਂਟਸ ਨੇ ਜੀ ਵੈਰੀ ਗੁੱਡ ਮੈਂ ਹੈਪੀ ਹਾਂ ਕਿਉਂਕਿ ਕਈ ਵਾਰੀ ਇਹ ਹੁੰਦਾ ਬੰਦਾ ਜਦੋਂ ਪੈਸੇ ਲਾ ਬੈਠਦਾ ਜਦੋਂ ਇਨਵੈਸਟਮੈਂਟ ਹੋ ਜਾਂਦੀ ਹੈ ਤੁਹਾਡੇ ਅੰਦਰ ਬੜੇ ਫਿਕਰ ਵੀ ਸ਼ੁਰੂ ਹੋ ਜਾਂਦੇ ਨੇ ਵੀ ਯਾਰ ਵੀ ਰਿਟਰਨ ਆਏਗੀ ਕਿ ਨਹੀਂ ਆਏਗੀ ਪਰ ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਰਿਟਰਨ ਬਹੁਤ ਸੋਹਣੀ ਆ ਰਹੀ ਆ ਸੋ ਇਕੱਲੇ ਇਹੀ ਨਹੀਂ ਕਿ ਕਮਿਊਨਿਟੀ ਦਾ ਸਾਥ ਬਹੁਤ ਆ ਜੀ ਇਸ ਚੀਜ਼ ਦੇ ਵਿੱਚ ਮੈਂ ਖਾਸ ਕਰ ਧੰਨਵਾਦ ਕਰਨਾ ਚਾਹੁੰਦਾ ਪੰਜਾਬੀ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਇਹਨੂੰ ਇਸਟੈਬਲਿਸ਼ ਕਰਨ ਲਈ ਬਹੁਤ ਹੈਲਪ ਕੀਤੀ ਸੋ ਮੈਂ ਹੈਪੀ ਹਾਂ ਬਹੁਤ ਖੁਸ਼ ਹਾਂ ਜੀ ਅਤੇ ਸ਼ਿਕਾਗੋ ਪੀਜ਼ਾ ਬੇਕਰਸ ਫੀਲਡ ਦੇ ਵਿੱਚ ਵੀ ਅੱਛਾ ਕੰਮ ਕਰ ਰਿਹਾ ਅਤੇ ਨਾਲ ਜਿਵੇਂ ਸਾਨੂੰ ਇਹਨਾਂ ਨੇ ਦੱਸਿਆ ਇਸ ਇਹਨਾਂ ਦੇ ਫਰੈਂਚਾਈਜ਼ੀ ਓਨਰ ਨੇ ਕਿ ਪੰਜਾਬੀ ਭਾਈਚਾਰੇ ਦਾ ਉਹਨਾਂ ਨੂੰ ਬਹੁਤ ਸਪੋਰਟ ਮਿਲ ਰਿਹਾ ਔਰ ਉਹ ਇਹੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਤੁਸੀਂ ਵੀ ਵੱਧ ਤੋਂ ਵੱਧ ਬੇਕਰਸ ਫੀਲਡ ਸ਼ਿਕਾਗੋ ਪੀਜ਼ਾ ਪਹੁੰਚੋ ਔਰ ਇਸ ਪੀਜ਼ੇ ਦਾ ਸਵਾਦ ਮਾਣੋ ਅਤੇ ਸ਼ਿਕਾਗੋ ਪੀਜ਼ਾ ਨੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੈ ਕਿ ਜਿਹੜਾ ਯੂਥ ਹੈ ਉਹ ਵੀ ਇਸ ਆਊਟਲੈਟ ਨਾਲ ਜੁੜ ਸਕਦਾ ਹੈ ਔਰ ਆਪਣੇ ਕਰੀਅਰ ਨੂੰ ਇੱਥੇ ਆ ਕੇ ਇੱਕ ਨਵੀਂ ਪਹਿਚਾਣ ਵੀ ਦੇ ਸਕਦਾ ਅਤੇ ਆਪਣੇ ਕਰੀਅਰ ਨੂੰ ਸਿਕਿਓਰ ਵੀ ਕਰ ਸਕਦਾ ਜੇਕਰ ਅਸੀਂ ਯੂਥ ਦੀ ਗੱਲ ਕਰੀਏ ਤਾਂ ਸ਼ਿਕਾਗੋ ਪੀਜ਼ਾ ਕਿਵੇਂ ਇੰਸਪਾਇਰ ਕਰਦਾ ਸ਼ਿਕਾਗੋ ਪੀਜ਼ਾ ਯੂਥ ਨੂੰ ਇੱਦਾਂ ਇੰਸਪਾਇਰ ਕਰਦਾ ਜਿੱਦਾਂ ਤੁਹਾਨੂੰ ਮੈਂ ਆਪਦੀ ਲਾਈਵ ਐਗਜ਼ਾਮਪਲ ਦੇ ਸਕਦਾ ਮੈਂ 19 ਸਾਲ ਦਾ ਹੀ ਜਦੋਂ ਤੋਂ ਮੈਂ ਸ਼ਿਕਾਗੋ ਪੀਜ਼ਾ ਦੇ ਨਾਲ ਜੁੜਿਆ ਹੋਇਆ ਅਤੇ 2014 ਦੇ ਵਿੱਚ ਮਾਰਚ 2014 'ਚ ਫਰੈਂਚਾਈਜ਼ ਓਪਨ ਹੋਈ ਸੀ ਸੋ ਉਦੋਂ ਤੋਂ ਮੈਂ ਯੰਗ ਸੀਗਾ ਅਤੇ ਯੰਗ ਤੋਂ ਹੋਣ ਦੇ ਨਾਲ ਹੀ ਮੈਂ ਸ਼ਿਕਾਗੋ ਪੀਜ਼ਾ ਨਾਲ ਜੁੜਿਆ ਹੋਇਆ ਅਤੇ 14 ਮਾਰਚ 2019 ਨੂੰ ਸਾਡੇ 5 ਸਾਲ ਪੂਰੇ ਹੋ ਜਾਣੇ ਆ ਅਤੇ ਮੈਨੂੰ ਵੀ ਫਰੈਂਚਾਈਜ਼ ਨਾਲ ਜੁੜੇ ਨੂੰ 5 ਸਾਲ ਪੂਰੇ ਹੋ ਜਾਣੇ ਆ
ਸੋ ਇੱਦਾਂ ਯੰਗ ਜਨਰੇਸ਼ਨ ਨੂੰ ਆਪਾਂ ਕਹਿੰਦੇ ਹਾਂ ਵੀ ਸਾਡੇ ਨਾਲ ਆ ਕੇ ਜੁੜੋ, ਜਿਹੜਾ ਵੀ ਕੋਈ ਜੁੜਨਾ ਚਾਹੁੰਦਾ ਅਤੇ ਅਸੀਂ ਉਹੀ ਪੂਰੀ ਫੁੱਲ ਸਪੋਰਟ ਕਰਦੇ ਹਾਂ। ਅਤੇ ਤੁਸੀਂ ਐਜ਼ ਇਨ ਕਿਸ ਚੀਜ਼ ਦੀ ਸ਼ੁਰੂਆਤ ਕੀਤੀ ਸੀਗੀ ਸ਼ਿਕਾਗੋ ਪੀਜ਼ਾ ਦੇ ਨਾਲ, ਔਰ ਅੱਜ ਤੁਸੀਂ ਕਿੱਥੇ ਹੋ ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਮੈਂ ਸ਼ਿਕਾਗੋ ਪੀਜ਼ੇ ਨਾਲ ਕਿਚਨ ਕੁੱਕ ਦੇ ਵਿੱਚ ਸ਼ੁਰੂਆਤ ਕੀਤੀ ਸੀ ਅਤੇ ਅੱਜ ਮੈਂ ਟ੍ਰੇਨਿੰਗ ਦੇ ਵਿੱਚ ਟ੍ਰੇਨਿੰਗ ਡਿਪਾਰਟਮੈਂਟ ਦੇ ਵਿੱਚ ਹਾਂ ਅਤੇ ਨਾਲ ਆਡਿਟ ਕਰਦੇ ਹਾਂ ਸਟੋਰਾਂ ਨੂੰ ਉਹਨਾਂ ਦੇ ਵਿੱਚ ਹਾਂ। ਅਤੇ ਤੁਸੀਂ ਜਾ ਕੇ ਆਲ ਓਵਰ ਜਿੰਨੇ ਵੀ ਫਰੈਂਚਾਈਜ਼ੀ ਹਨ ਉੱਥੇ ਜਾ ਕੇ ਜਿਹੜੇ ਵੀ ਆਊਟਲੈਟ ਖੋਲਦੇ ਹਨ ਉਹਨਾਂ ਨੂੰ ਜਾ ਕੇ ਟ੍ਰੇਨਿੰਗ ਦਿੰਦੇ ਹੋ, ਕਾਰਪੋਰੇਟ ਟ੍ਰੇਨਿੰਗ ਦਿੰਦੇ ਹੋ ਜਾ ਕੇ? ਹਾਂਜੀ ਹਾਂਜੀ, ਜਿੱਦਾਂ ਕੋਈ ਵੀ ਨਵਾਂ ਸਟੋਰ ਖੋਲਦਾ ਆ ਉਹਨਾਂ ਨੂੰ ਟ੍ਰੇਨਿੰਗ ਕੋਰਸ ਜਿਹੜੇ ਦੇਣੇ ਹੁੰਦੇ ਆ ਉਹ ਅਸੀਂ ਦਿੰਦੇ ਹਾਂ ਜਾ ਕੇ। ਅਤੇ ਠੀਕ ਹੈ, ਜਿਹੜੇ ਰੂਲਸ ਐਂਡ ਰੈਗੂਲੇਸ਼ਨ ਸ਼ਿਕਾਗੋ ਪੀਜ਼ਾ ਨੇ ਸੈੱਟ ਕੀਤੇ ਹੋਏ ਹਨ ਉਹਨਾਂ ਨੂੰ ਉਹਨਾਂ ਦੇ ਜਿਹੜੇ USP ਹੈ ਜਾਂ ਫਿਰ ਉਹਨਾਂ ਦੀ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹਨ ਜਾਂ ਫਿਰ ਉਹਨਾਂ ਦੀ ਜਿਹੜੀ ਪਾਲਿਸੀਜ਼ ਹਨ ਉਹਨਾਂ ਨੂੰ ਜਾ ਕੇ ਬਕਾਇਦਾ ਇਹ ਵੱਖ ਵੱਖ ਜਿਹੜੇ ਆਊਟਲੈਟ ਹਨ ਸ਼ਿਕਾਗੋ ਪੀਜ਼ਾ ਦੇ ਉੱਥੇ ਜਾ ਕੇ ਸਿਖਾਉਂਦੇ ਹਨ। ਜਿਵੇਂ ਹੁਣ ਅੰਦਰ ਜਿਵੇਂ ਅਸੀਂ ਤੁਹਾਨੂੰ ਦਿਖਾਇਆ ਕਿ ਜਿਹੜੇ ਅੰਦਰ ਮੁੰਡੇ ਕੰਮ ਕਰ ਰਹੇ ਨੇ, ਜਿਹੜੇ ਸ਼ੈਫ ਅੰਦਰ ਕੰਮ ਕਰ ਰਹੇ ਨੇ, ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਸ਼ਿਕਾਗੋ ਪੀਜ਼ਾ ਇੱਕ ਕਾਰਪੋਰੇਟ ਆਪਣੇ ਆਫਿਸ ਤੋਂ ਇੱਕ ਬੰਦੇ ਨੂੰ ਭੇਜਦੇ ਹਨ, ਜਿਵੇਂ ਕਿ ਸਾਡੇ ਕੋਲ ਅੱਜ ਇੱਥੇ ਪਹੁੰਚੇ ਹਨ। ਉਹਨਾਂ ਨੇ ਦੱਸਿਆ ਕਿ ਮੈਂ ਵੀ ਇਸ ਆਊਟਲੈਟ ਦੇ ਨਾਲ ਇਸ ਚੇਨ ਦੇ ਨਾਲ ਜੁੜਿਆ ਸੀਗਾ ਔਰ ਅੱਜ ਮੈਂ ਵੀ ਇੱਕ ਮੁਕਾਮ ਹਾਸਿਲ ਕੀਤਾ ਹੈ। ਜਿਵੇਂ ਆਪਾਂ ਸ਼ਿਕਾਗੋ ਪੀਜ਼ਾ ਦੀ ਗੱਲ ਕਰ ਰਹੇ ਹਾਂ, ਨਾ ਹੀ ਸਿਰਫ ਆਪਣੇ ਪੰਜਾਬ ਤੋਂ ਜਾਂ ਫਿਰ ਇੰਡੀਆ ਤੋਂ ਜਿਹੜਾ ਭਾਈਚਾਰਾ ਉਹ ਨਹੀਂ, ਬਲਕਿ ਜਿਹੜੇ ਹੋਰ ਵੱਖ ਵੱਖ ਭਾਈਚਾਰੇ ਹਨ ਉਹ ਵੀ ਆ ਕੇ ਸ਼ਿਕਾਗੋ ਪੀਜ਼ਾ ਦਾ ਆਨੰਦ ਮਾਣਦੇ ਹਨ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਇਹ ਪੀਜ਼ਾ ਲੈ ਕੇ ਜਾ ਰਹੇ ਨੇ ਕਿਹੜਾ ਪੀਜ਼ਾ ਔਰ ਉਹਨਾਂ ਨੂੰ ਕਿਉਂ ਪਸੰਦ ਹੈ? ਹੈ ਵਟਸ ਨੇਮ? ਕਨੇਲ ਕਨੇਲ ਵਿਚ ਪੀਜ਼ਾ ਯੂ ਆਰ ਗ੍ਰੈਬਿੰਗ ਦਿਸ ਰਾਈਟ ਨਾਓ? ਕਰੀ ਚਿਕਨ ਪੀਜ਼ਾ ਦਾ ਨੰਬਰ 1 ਔਨ ਦ ਲਿਸਟ। ਓ ਸੋ ਯੂ ਕੈਨ ਗਿਵ, ਯੂ ਆਰ ਗਿਵਿੰਗ ਦ ਨੰਬਰ 1 ਫॉर ਦਿਸ ਪੀਜ਼ਾ? Yes. Which is the best thing, which is the best ingredient you like in this pizza? The curry, the spice, everything is up there. So since from Lao Hong you're eating this pizza? It's been a couple months. My friend from work introduced me to it. He came there with his son and his wife and told me about it. I came and I can't stop coming. Try it out. Balle, balle, balle. Badi suni ਤੇ ਬੜੀ ਡਿਲੀਸ਼ੀਅਸ ਜੀ ਲੱਗ ਰਹੀ ਹੈ ਗਾਰਲਿਕ ਬ੍ਰੈਡ। ਭਾਅ ਜੀ ਕਿਹੜੀ ਗਾਰਲਿਕ ਬ੍ਰੈਡ ਹੈ? ਇਹ ਇੰਡੀਅਨ ਸਟਾਈਲ ਗਾਰਲਿਕ ਬ੍ਰੈਡ ਹੈ। ਇੰਡੀਅਨ ਸਟਾਈਲ ਗਾਰਲਿਕ ਬ੍ਰੈਡ ਹੈ। ਕਿਹੜੇ ਕਿਹੜੇ ਇਨਗਰੀਡੀਐਂਟਸ ਇਹਦੇ ਵਿੱਚ ਪਾਏ ਨੇ? ਇਹਦੇ ਵਿੱਚ ਇਹਦੇ ਕਦਾਈ ਕੜੀ ਸੋਸ ਲੱਗਦੀ ਹੈ, ਇੱਕ ਮਿਰਚਾਂ ਪਾਈ ਦੀਆਂ ਨੇ ਜੀ, ਤੇ ਵਿੱਚ ਅਦਰਕ ਪਾਈ ਦਾ ਥੋੜ੍ਹਾ ਜਿਹਾ ਤੇ ਗਾਰਲਿਕ ਪਾਈ ਦਾ ਜੀ। ਕੀ ਬਾਤ ਹੈ ਜੀ, ਕਿਤੇ ਪੂਰੀ ਫਲੇਵਰ ਇੰਡੀਅਨ ਫਲੇਵਰ ਦੇ ਨਾਲ ਗਾਰਲਿਕ ਬ੍ਰੈਡ। ਇਹ ਗਾਰਲਿਕ ਬ੍ਰੈਡ ਤਾਂ ਸੁਣੀ ਸੀਗੀ ਲੇਕਿਨ ਇੰਡੀਅਨ ਫਲੇਵਰ ਦੇ ਵਿੱਚ ਉਹ ਵੀ ਆਪਣੀ ਕਰੀ ਪਾ ਕੇ, ਓਏ ਹੋਏ, ਇੱਕ ਤਾਂ ਬਣਦੀ ਹੈ ਟੇਸਟ ਕਰਨੀ ਔਰ ਤੁਹਾਨੂੰ ਵੀ ਦੱਸਣੀ ਬਣਦੀ ਹੈ ਕਿ ਕਿਵੇਂ ਜੀ ਗਾਰਲਿਕ ਬ੍ਰੈਡ ਹੈ। ਸੋ ਲੈਟ ਮੀ ਜਸਟ ਟੇਸਟ। ਵਾਕਈ ਜਿਹੜਾ ਟੇਸਟ ਹੈ ਕਰੀ ਦਾ ਉਹਦੇ ਵਿੱਚ ਆ ਰਿਹਾ, ਚੀਜ਼ ਵੀ ਬਹੁਤ ਵਧੀਆ ਤਰੀਕੇ ਨਾਲ ਸਪਰੈਡ ਹੋਇਆ ਹੋਇਆ ਐਂਡ ਇੱਕਦਮ ਓਵਨ ਤੋਂ ਬਾਹਰ ਨਿਕਲ ਕੇ ਦੈਨ ਵੈਨ ਯੂ ਗੋਨਾ ਹੈਵ ਦਿਸ ਗਾਰਲਿਕ ਬ੍ਰੈਡ ਇੰਡੀਅਨ ਸਟਾਈਲ, ਡੈਫੀਨੇਟਲੀ ਤੁਸੀਂ ਨਹੀਂ ਰੋਕ ਪਾਓਗੇ ਆਪਣੇ ਆਪ ਨੂੰ ਸ਼ਿਕਾਗੋ ਪੀਜ਼ਾ ਆਉਣ ਦੇ ਲਈ। ਮੈਂ ਤਾਂ ਅੱਜ ਤੱਕ ਇਹ ਖਾਣਾ, ਤੁਸੀਂ ਵੀ ਤਾਂ ਤੱਕ ਕੁਛ ਖਾਓ। ਲੈਂਦੇ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਹੁਣ ਸਾਡੇ ਨਾਲ ਇੱਥੇ ਕਾਫੀ ਸਾਰੇ ਕਸਟਮਰ ਜਿਹੜੇ ਨੇ ਬੇਕਰ ਸਵੀਟ ਆਊਟਲੈਟ ਦੇ ਵਿੱਚ ਸ਼ਿਕਾਗੋ ਪੀਜ਼ਾ ਦੇ ਵਿੱਚ ਬੈਠੇ ਹੋਏ ਨੇ। ਜਦ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਕਹਿੰਦੇ ਅੱਜ ਛੁੱਟੀ ਹੈ ਤੇ ਸੋਚੇ ਕਿ ਚਲੋ ਗੈਟ ਟੂਗੈਦਰ ਕਰ ਲੈਂਦੇ ਆ, ਆ ਕੇ ਪੀਜ਼ਾ ਵੀ ਖਾ ਲੈਂਦੇ ਆ ਔਰ ਆਪਣਾ ਜਿਹੜਾ ਸਵਾਦ ਹੈ ਉਹ ਵੀ ਲੈ ਲੈਂਦੇ ਆ। ਕਾਫੀ ਸਾਰੇ ਇੱਥੇ ਜਿਹੜੇ ਕਸਟਮਰਸ ਹਨ ਸ਼ਿਕਾਗੋ ਪੀਜ਼ਾ ਬੇਕਰ ਸਵੀਟ ਦੇ ਉਹ ਇੱਥੇ ਪਹੁੰਚੇ ਹੋਏ ਨੇ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜਾ ਪੀਜ਼ਾ ਉਹ ਖਾ ਰਹੇ ਨੇ ਔਰ ਕੀ ਉਹਨਾਂ ਨੂੰ ਪਸੰਦ ਹੈ ਇਸ ਆਊਟਲੈਟ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਸੁਖਜਿੰਦਰ ਸਿੰਘ ਸੋਹੀ ਹੈ ਜੀ, ਮੈਂ ਇੱਥੇ ਬੇਕਰ ਸਵੀਟ ਰਹਿੰਦਾ ਜੀ। ਅਤੇ ਮੇਰਾ ਜਿਹੜਾ ਸਭ ਤੋਂ ਫੇਵਰੇਟ ਹੈ ਇੱਥੇ ਉਹ ਹੈਗਾ ਆ ਪਨੀਰ, ਤੰਦੂਰੀ ਪਨੀਰ ਵਾਲਾ, ਸੋ ਦੈਟ ਇਜ਼ ਦ ਬੈਸਟ ਵਨ। ਆ ਭਾਈ ਕੀ ਖਾਸ ਲੱਗਦਾ ਤੁਹਾਨੂੰ ਇਹਨਾਂ ਦੇ ਇਨਗਰੀਡੀਐਂਟਸ ਦੇ ਵਿੱਚ? ਸਭ ਤੋਂ ਖਾਸ ਗੱਲ ਕੀ ਹੈ? ਖਾਸ ਗੱਲ ਆ ਜੀ, ਇਹਨਾਂ ਦਾ ਜਿਹੜਾ ਡੋ ਆ ਜਿਹੜਾ ਉਹ ਫਰੈਸ਼ ਆ, ਐਵਰੀ ਡੇ ਔਨ ਦਾ ਟਾਈਮ ਹੀ ਬਣਾਉਂਦੇ ਆ ਜੀ। ਇਹ ਇਹਨਾਂ ਦੀ ਖਾਸੀਅਤ ਆ ਇਹ ਚੀਜ਼ ਦੀ, ਕਿਉਂਕਿ ਅਸੀਂ ਫਰੈਸ਼ ਨੂੰ ਵੀ ਪਹਿਲੀ ਵਾਰੀ ਖਾਧਾ ਸੀ, ਉਦੋਂ ਬਾਅਦ ਆਪਣਾ ਸ਼ਾਨ ਜੀ ਦਾ ਜਿਹੜਾ ਆਪਣਾ ਭਾਈ ਬਣਦੀ ਆ ਮੁੰਡਾ ਇੱਥੇ ਆਉਂਦੇ ਜਾਂਦੇ ਰਹਿੰਦੇ ਆ, ਅਤੇ ਜਿਹੜਾ ਡੋ ਆ ਇਹਨਾਂ ਦਾ ਪੂਰਾ ਫਰੈਸ਼ ਆ, ਡੋ ਦਾ ਜਿਹੜਾ ਟੇਸਟ ਆ ਸਮਥਿੰਗ ਡਿਫਰੈਂਟ ਦੈਨ ਆਲ ਅਦਰ ਪੀਜ਼ਾ। ਅਤੇ ਕੀ ਖਾਸ ਲੱਗਦਾ ਤੁਹਾਨੂੰ ਇਹਨਾਂ ਦੇ ਪੀਜ਼ੇ ਦੇ ਵਿੱਚ ਔਰ ਕਿਹੜਾ ਪੀਜ਼ਾ ਆ ਕੇ ਤੁਸੀਂ ਇੱਥੇ ਔਡਰ ਕਰਦੇ ਹੋ? ਬਟਰ ਚਿਕਨ ਅਤੇ ਤੰਦੂਰੀ ਚਿਕਨ ਦਾ ਬੈਸਟ ਪੀਜ਼ਾ ਜੀ ਇਹਨਾਂ ਦਾ। ਬਿਲਕੁਲ ਭਾਈ ਦੀ ਸਿਹਤ ਤੋਂ ਲੱਗ ਹੀ ਰਿਹਾ ਸ਼ਿਕਾਗੋ ਪੀਜ਼ਾ ਖਾ ਕੇ, ਭਾਅ ਜੀ ਨੇ ਸਿਹਤ ਬਣਾਈ ਹੋਈ ਹੈ ਬਟਰ ਚਿਕਨ ਅਤੇ ਭਾਅ ਜੀ ਕਿਹੜਾ
ਤੰਦੂਰੀ ਚਿਕਨ ਤੇ ਇਹ ਆ ਕੇ ਇੱਥੇ ਆਰਡਰ ਕਰਦੇ ਨੇ ਤੇ ਜੇਕਰ ਤੁਹਾਨੂੰ ਸਿਹਤ ਵੀ ਬਣਾਉਣੀ ਹੈ ਆਪਣੀ ਤਾਂ ਭਾਜੀ ਵਾਂਗ ਤੇ ਯੂ ਹੈਵ ਟੂ ਕਮ ਬੇਕਰਸਫੀਲਡ ਸ਼ਿਕਾਗੋ ਪੀਜ਼ਾ ਤੇ ਆਰਡਰ ਕਰਨਾ ਪਏਗਾ ਤੁਹਾਨੂੰ। ਮੇਰੇ ਨਾਲ ਹੋਰ ਵੀ ਇੱਥੇ ਜਿਹੜੇ ਕਸਟਮਰਸ ਨੇ ਉਹ ਵੀ ਮੌਜੂਦ ਨੇ। ਭਾਈ ਸਤਿ ਸ਼੍ਰੀ ਅਕਾਲ, ਕੀ ਨਾਂ ਤੁਹਾਡਾ? ਮੇਰਾ ਨਾਮ ਨਿਤਿਨ ਹੈ ਭਾਜੀ। ਭਾਈ ਤੁਸੀਂ ਕਿਹੜਾ ਪੀਜ਼ਾ ਆਰਡਰ ਕਰਦੇ ਹੋ ਆ ਕੇ? ਭਾਜੀ ਸੇਮ ਜਿੱਦਾਂ ਭਾਈ ਨੇ ਦੱਸਿਆ ਤੰਦੂਰੀ ਚਿਕਨ, ਬਟਰ ਚਿਕਨ ਤੇ ਇਹਨਾਂ ਦਾ ਇੱਕ ਹੋਰ ਖਾਸ ਡਿਸ਼ ਹੈ ਜਿਹੜੀ ਪਾਸਤਾ ਇਹਨਾਂ ਦਾ ਇੰਡੀਅਨ ਸਟਾਈਲ ਪਾਸਤਾ, ਉਹ ਵਨ ਆਫ ਦ ਬੈਸਟ ਪਾਸਤਾ ਹੈ। ਸੋ ਉਹ ਇੰਨਾ ਵਧੀਆ ਪਾਸਤਾ ਹੋਰ ਕਿਸੇ ਪਾਸੇ ਨਹੀਂ ਮੈਂ ਕਿਤੇ ਖਾ ਕੇ ਦੇਖਿਆ, ਜਿਹੜਾ ਇਹਨਾਂ ਦਾ ਪਾਸਤਾ ਮੇਰੇ ਲਈ ਉਹ ਫੇਵਰੇਟ ਆ ਸਭ ਤੋਂ ਜ਼ਿਆਦਾ। ਅਤੇ ਭਾਜੀ ਤੁਹਾਨੂੰ ਕੀ ਫੀਲ ਕੀ ਹੁੰਦੀ ਜਦ ਖਾਂਦੇ ਹੋ ਤੁਸੀਂ ਕੁਝ ਕੁਝ ਵੀ ਇਹਨਾਂ ਦੀ ਵਰਾਇਟੀ, ਭਾਵੇਂ ਉਹ ਪਾਸਤਾ ਹੋਵੇ, ਭਾਵੇਂ ਪੀਜ਼ਾ ਹੋਵੇ, ਭਾਵੇਂ ਉਹ ਤੰਦੂਰੀ? ਭਾਜੀ ਜਿਵੇਂ ਇਹਨਾਂ ਦੇ ਇਹਨਾਂ ਦੇ ਪੀਜ਼ੇ ਦੇ ਵਿੱਚ ਨਾਂ ਤਾਂ ਹੀ ਹੈਗਾ ਨਾ ਪੀਜ਼ਾ ਵਿਦ ਇੰਡੀਅਨ ਟਵਿਸਟ, ਸੋ ਜਿਵੇਂ ਜਿਹੜਾ ਆਪਣਾ ਇੰਡੀਅਨ ਫਲੇਵਰ ਜਿਹੜੇ ਹੈਗੇ ਉਹ ਸਭ ਤੋਂ ਜ਼ਿਆਦਾ ਵਧੀਆ, ਅਤੇ ਜਦੋਂ ਹੀ ਆਪਾਂ ਖਾਂਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦੀ ਮਹਿਕ, ਉਹਨਾਂ ਦਾ ਸਵਾਦ ਆਪਣੇ ਮੂੰਹ 'ਚ ਆਉਂਦਾ। ਕਿਆ ਬਾਤ ਹੈ, ਆਪਣਾ ਸਵਾਦ, ਆਪਣਾ ਖਾਣਾ, ਔਰ ਜਦ ਉਹ ਆਪਣੇ ਹੀ ਮੂੰਹ ਦੇ ਵਿੱਚ ਜਾਂਦਾ ਹੈ ਤਾਂ ਮਜ਼ਾ ਆਉਂਦਾ, ਜਿਵੇਂ ਭਾਜੀ ਨੇ ਤੁਹਾਨੂੰ ਦੱਸਿਆ। ਮੇਰੇ ਨਾਲ ਹੋਰ ਵੀ ਇੱਥੇ ਕਸਟਮਰਸ ਮੌਜੂਦ ਹਨ। ਭਾਈ ਸਤਿ ਸ਼੍ਰੀ ਅਕਾਲ, ਕੀ ਨਾਂ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਪ੍ਰੀਤ ਸਿੱਧੂ ਹੈ ਜੀ। ਮੈਂ ਵੀ ਇੱਥੋਂ ਬੇਕਰਸਫੀਲਡ ਤੋਂ ਹੀ ਹਾਂ, ਅਸੀਂ ਸਾਰੇ ਯਾਰ ਮਿੱਤਰ ਇੱਥੇ ਬੇਕਰਸਫੀਲਡ ਦੇ ਹੀ ਹਾਂ। ਪੀਜ਼ੇ ਦੇ ਤਾਂ ਇਹਨਾਂ ਨੇ ਤਰੀਫ ਸਾਰਿਆਂ ਨੇ ਕਾਰੀ ਦਿੱਤੀ ਹੈ, ਪੀਜ਼ਾ ਤਾਂ ਇਹਨਾਂ ਦਾ ਬਹੁਤ ਵਧੀਆ ਹੈਗਾ, ਪਰ ਬਾਕੀ ਮੈਂ ਹੋਰ ਚਾਹਾਂਗਾ ਤੁਸੀਂ ਆਪਣੇ ਇਹਨਾਂ ਦੇ ਜਿਹੜੇ ਇੰਡੀਅਨ ਸਟਾਈਲ ਬਫਲੋ ਵਿੰਗਸ ਨੇ ਉਹ ਬਹੁਤ ਵਧੀਆ ਨੇ। ਉਹ ਤੁਸੀਂ ਦੇਖੋ ਤਾਂ ਆਪਣੇ ਜਿਵੇਂ ਇੰਡੀਆ 'ਚ ਚਿੱਲੀ ਚਿਕਨ ਜਿਹਨੂੰ ਕਹਿੰਦੇ ਆ ਉਹ ਜਿਹਾ ਹੁੰਦਾ ਸੀਗਾ, ਬਹੁਤ ਵਧੀਆ ਟੇਸਟ ਆਉਂਦਾ ਉਹਨਾਂ ਦਾ, ਉਹ ਗੁੱਡ ਨੇ। ਬਟਰ ਚਿਕਨ ਪਾਸਤਾ ਬਹੁਤ ਸਪੈਸ਼ਲ ਇਹਨਾਂ ਦਾ। ਵੈਜੀ ਦੇ ਵਿੱਚ ਤੁਸੀਂ ਆਪਣੇ ਬਾਕੀ ਦਾ ਘੱਟ ਹੀ ਖਾਂਦੇ ਨੇ, ਪਰ ਵੈਜੀ ਸੈਂਡਵਿਚਿਸ ਆ ਜਿਹੜੀਆਂ ਤੁਸੀਂ ਵੈਜੀ ਸੈਂਡਵਿਚਿਸ ਖਾ ਕੇ ਦੇਖੋਗੇ ਤਾਂ ਉਹਨਾਂ ਦਾ ਵੀ ਆਪਣਾ ਹੀ ਸਵਾਦ ਹੈ। ਮੇਨ ਇਹਨਾਂ ਦੇ ਵਿੱਚ ਅਸੀਂ ਪੀਜ਼ੇ 'ਚ ਬਾਕੀ ਕਿਤੇ ਵੀ ਜਾਂਦੇ ਹਾਂ ਸਾਰੇ ਇੰਡੀਅਨ ਆਪਣੇ ਜਿਹੜੇ ਅਮੈਰੀਕਨ ਸਟਾਈਲ ਦੀਆਂ ਇਟਾਲੀਅਨ ਸਟਾਈਲ ਪੀਜ਼ਾਜ਼ ਹੈ, ਇਹਨਾਂ ਦੀ ਸਪੈਸ਼ਲਿਟੀ ਲਾਈਕ ਸਾਰੇ ਜਾਣਦੇ ਹੀ ਆ ਸ਼ਿਕਾਗੋ ਪੀਜ਼ਾ ਇਨ ਵਿਦ ਇੰਡੀਅਨ ਟਵਿਸਟ। ਇਹਨਾਂ ਵਿੱਚੋਂ ਜਿਹੜੇ ਆਪਣੇ ਇੰਡੀਅਨ ਜਿਵੇਂ ਬਟਰ ਚਿਕਨ ਦੀ ਆਪਾਂ ਐਕਚੁਲੀ ਬਟਰ ਚਿਕਨ ਖਾਂਦੇ ਹਾਂ, ਤੰਦੂਰੀ ਚਿਕਨ ਖਾਂਦੇ ਹਾਂ, ਉਹ ਜਿਹਾ ਟੇਸਟ ਆਉਂਦਾ। ਆਈ ਥਿੰਕ ਇਹ ਇਹਨਾਂ ਦੀ ਬਿਗੈਸਟ ਅਟ੍ਰੈਕਸ਼ਨ ਹੈ। ਮਾਹੌਲ ਬਹੁਤ ਵਧੀਆ ਹੈ, ਚੰਗਾ ਕੰਡੀਸ਼ਨ ਇਨਵਾਇਰਮੈਂਟ ਹੈ, ਸਰਵਿਸ ਇਹਨਾਂ ਦੀ ਬਹੁਤ ਵਧੀਆ ਹੈਗੀ ਹੈ। ਹੋਰ ਅਸੀਂ ਜਦੋਂ ਆਉਂਦੇ ਹਾਂ ਇਕੱਠੇ ਹੁੰਦੇ ਹਾਂ, ਨੋਟ ਜਸਟ ਫੋਰ ਦ ਫੂਡ, ਬਾਕੀ ਹੋਰ ਇਹਨਾਂ ਕੋਲ ਅਸੀਂ ਆਪਾਂ ਦੇਖਾਂਗੇ ਇੱਥੇ ਆਪਣੇ ਇਹ ਜਿਹੜੀਆਂ ਪ੍ਰੋਫੈਸ਼ਨਲ ਸਪੋਰਟਸ ਹੈ, ਗੇਮਸ, ਬਾਸਕਿਟਬਾਲ, ਫੁੱਟਬਾਲ, ਉਹਨਾਂ ਦੀ ਵੀ ਸਾਰੀ ਇਹਨਾਂ ਕੋਲ ਸਬਸਕ੍ਰਿਪਸ਼ਨ ਹੈਗੀ ਹੈ। ਆਪਣਾ ਸ਼ਾਮ ਨੂੰ ਬਰਥਡੇ ਪਾਰਟੀਜ਼ ਵੀ ਆਪਾਂ ਇੱਥੇ ਆਉਂਦੇ ਹਾਂ, ਉਹਦੇ ਵਾਸਤੇ ਵੀ ਇੰਜੋਏ ਕਰਦੇ ਹਾਂ। ਬਾਕੀ ਹੁਣ ਤੁਸੀਂ ਦੇਖ ਰਹੇ ਜਿਵੇਂ ਅੱਜ ਵੀ ਅਸੀਂ ਸੈਟਰਡੇ ਨੂੰ ਆਏ ਹਾਂ, ਸਾਡਾ ਮੇਨ ਮਕਸਦ ਸੀਗਾ ਗੈਟ ਟੁਗੈਦਰ ਹੋ ਜਾਏਗੀ, ਨਾਲੇ ਅਸੀਂ ਫੁੱਟਬਾਲ ਗੇਮ ਵਾਚ ਕਰਾਂਗੇ, ਪਲੇਅਆਫ ਚੱਲ ਰਹੇ ਨੇ। ਸੋ ਆਲ ਇਨ ਆਲ ਤੁਸੀਂ ਦੇਖਿਆ ਜਾਏ ਤਾਂ ਇੱਕ ਵਿੱਚ ਇਹਨਾਂ ਕੋਲ ਕਾਫੀ ਸਾਰੀਆਂ ਚੀਜ਼ਾਂ ਸਾਡੀਆਂ ਇੱਕੋ ਥਾਂ 'ਤੇ ਨੀਡਸ ਪੂਰੀਆਂ ਕਰਦੀਆਂ ਨੇ। ਸੋ ਥੈਂਕ ਯੂ ਫੋਰ ਓਪਨਿੰਗ ਦਾ ਸ਼ਿਕਾਗੋ ਟਵਿਸਟ ਪੀਜ਼ਾ ਓਵਰ ਹੇਅਰ ਇਨ ਬੇਕਰਸਫੀਲਡ। ਅਤੇ ਜਿਵੇਂ ਇਹਨਾਂ ਨੇ ਸਾਨੂੰ ਦੱਸਿਆ ਕਿ ਸਵਾਦ ਤਾਂ ਸਾਨੂੰ ਇੰਡੀਅਨ ਵਾਲਾ ਮਿਲਦਾ, ਆਪਣਾ ਜਿਹੜਾ ਘਰ ਦਾ ਖਾਣਾ ਉਹ ਮਿਲਦਾ, ਲੇਕਿਨ ਜਿਹੜਾ ਐਂਬੀਅੰਸ ਹੈ ਉਹ ਸਾਨੂੰ ਅਮੈਰੀਕਨ ਹੀ ਮਿਲਦਾ ਇੱਥੇ। ਜਿਹੜੇ ਸਪੋਰਟਸ ਤੁਸੀਂ ਵੇਖ ਸਕਦੇ ਹੋ ਠੀਕ ਮੇਰੇ ਪਿੱਛੇ ਚੱਲ ਰਹੇ ਨੇ, ਬਾਸਕਟਬਾਲ ਅਤੇ ਬੇਸਬਾਲ, ਇਹਨਾਂ ਦੇ ਕੋਲ ਉਹ ਵੀ ਫੈਸਿਲਿਟੀਜ਼ ਹਨ, ਉਹ ਵੀ ਤੁਸੀਂ ਲਾਈਵ ਬੈਠ ਕੇ ਇੱਥੇ ਆਨੰਦ ਮਾਣ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਆ ਕੇ ਮੈਂ ਇਸ ਆਊਟਲੈਟ ਦੇ ਵਿੱਚ ਆਪਣੀ ਪਾਰਟੀ ਕਰਨਾ ਚਾਹੁੰਦਾ ਤਾਂ ਸਮਾਲ ਗੈਟ ਟੂਗੈਦਰ ਵੀ ਤੁਸੀਂ ਕਰ ਸਕਦੇ ਹੋ, ਭਾਵੇਂ ਬਰਥਡੇ ਪਾਰਟੀਜ਼ ਹੋਣ, ਭਾਵੇਂ ਕਾਰਪੋਰੇਟ ਪਾਰਟੀਜ਼ ਹੋਣ, ਭਾਵੇਂ ਤੁਹਾਡੀ ਕਿੱਟੀ ਪਾਰਟੀਜ਼ ਹੋਣ, ਸੋ ਯੂ ਕੈਨ ਹੈਵ ਦੈਟ ਪਾਰਟੀਜ਼ ਆਲਸੋ। ਇਹਨਾਂ ਦੇ ਕੋਲ ਲਗਭਗ 50 ਬੰਦਿਆਂ ਦਾ ਜਿਹੜਾ ਇੱਥੇ ਕਵਰ ਹੈਗਾ ਉਹ ਅਵੇਲੇਬਲ ਹੈਗਾ, ਐਂਡ ਯੂ ਕੈਨ ਡੂ ਪਾਰਟੀ ਆਲਸੋ। ਜਿਵੇਂ ਆਪਾਂ ਤੁਹਾਨੂੰ ਸ਼ਿਕਾਗੋ ਪੀਜ਼ਾ ਬੇਕਰਸਫੀਲਡ ਬਾਰੇ ਦੱਸ ਰਹੇ ਹਾਂ, ਸਾਡੇ ਨਾਲ ਹੋਰ ਵੀ ਇੱਥੇ ਜਿਹੜੇ ਮਹਿਮਾਨ ਪਹੁੰਚੇ ਹੋਏ ਹਨ, ਕਸਟਮਰ ਪਹੁੰਚੇ ਹੋਏ ਹਨ ਸ਼ਿਕਾਗੋ ਪੀਜ਼ਾ ਬੇਕਰਸਫੀਲਡ ਦੇ, ਜਾਣਨ ਦੀ ਕੋਸ਼ਿਸ਼ ਕਰਦੇ ਕਿ ਉਹ ਕਿੱਥੋਂ ਆਏ ਨੇ ਔਰ ਉਹਨਾਂ ਨੇ ਕੀ ਕੁਝ ਆਰਡਰ ਕੀਤਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਜੀਤ ਸਿੰਘ ਆ ਜੀ, ਅਤੇ ਜਿਹੜਾ ਸ਼ਿਕਾਗੋ ਜਿੱਦਣ ਦਾ ਪੀਜ਼ਾ ਖੁੱਲ੍ਹਿਆ ਇੱਥੇ, ਅਤੇ ਸਾਡੇ ਬੱਚੇ ਦਾ ਇੰਨੇ ਸ਼ੌਕੀਨ ਨੇ ਇਸ ਪੀਜ਼ੇ ਦੇ, ਇੱਕ ਵੀਕ ਦੇ ਵਿੱਚ 3 ਜਾਂ 4 ਵਾਰ ਜਾਣੀ ਰੋਜ਼ ਜਾਣੀ ਉਹਨਾਂ ਨੇ ਖਾਣਾ ਹੀ ਖਾਣਾ ਪੀਜ਼ਾ, ਜੇ ਨਹੀਂ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਕਹਿੰਦੇ ਨਹੀਂ ਕੁਛ ਨਹੀਂ ਖਾਣਾ, ਅਸੀਂ ਸਾਨੂੰ ਉੱਥੋਂ ਪੀਜ਼ਾ ਲੈ ਕੇ ਆਓ ਫਿਰ ਅਸੀਂ ਖਾਵਾਂਗੇ। ਜਿਹੜਾ ਪਨੀਰ ਦਾ ਪੀਜ਼ਾ ਨਾ ਇਹਨਾਂ ਦਾ ਬਣਾਉਂਦੇ ਆ ਇਹ, ਉਹ ਇੰਨਾ ਵਧੀਆ ਹੁੰਦਾ ਕਿ ਸ਼ਾਮ ਨੂੰ ਤੁਸੀਂ ਖਾਂਦੇ ਹੋ ਅਤੇ ਬਚ ਗਿਆ ਦੂਏ ਦਿਨ ਖਾਂਦੇ, ਉਸਨੂੰ ਗਰਮ ਕਰਨ ਦੀ ਲੋੜ ਨਹੀਂ ਹੈਗੀ। ਜਾਣੀ ਜਿਵੇਂ ਆਪਾਂ ਮਿੱਸੀ ਰੋਟੀ ਯਾਦ ਆ ਜਾਂਦੀ ਆ ਨਾ, ਆਪਾਂ ਵੀ ਮੱਕੀ ਦੀ ਰੋਟੀ ਖਾਂਦੇ ਹਾਂ, ਇੱਦਾਂ ਲੱਗਦਾ ਵੀ ਜਾਣੀ ਸਵਾਦ ਜਿਹੜਾ ਟੈਸਟ ਆ ਦੂਏ ਦਿਨ ਖਾਂਦੇ ਹਾਂ, ਠੰਡਾ ਹੀ ਵੀ ਨਜ਼ਾਰਾ ਹੀ ਆ ਜਾਂਦਾ। ਮੇਰਾ ਨਾਂ ਜਗਦੀਸ਼ ਸਿੰਘ ਢਿੱਲੋਂ, ਮੈਂ ਨਾ ਮੇਰੇ ਦੋਸਤ ਨੇ ਸਰਦਾਰ ਸਰਜੀਤ ਸਿੰਘ ਗਰੇਵਾਲ, ਅਮਰੀਕ ਸਿੰਘ ਅਤਵਾਲ, ਮੈਂ ਇਹਨਾਂ ਨੂੰ ਆਖਿਆ ਵਾ ਯਾਰ ਆਓ ਮੈਂ ਤੁਹਾਨੂੰ ਅੱਜ ਨਵੇਂ ਥਾਂ 'ਤੇ ਲੈ ਕੇ ਚੱਲਦਾ, ਅਤੇ ਉਹ ਕਹਿੰਦੇ ਕਿੱਥੇ, ਮੈਂ ਕਿਹਾ ਯਾਰ ਸ਼ਿਕਾਗੋ ਪੀਜ਼ਾ ਖੁੱਲ੍ਹਾ, ਮੇਰੀ ਫੈਮਿਲੀ ਲਾਸਟ ਵੀਕ ਲੈ ਕੇ ਗਈ ਸੀ ਫੱਟੇ ਤੌਰ 'ਤੇ ਉਹਨਾਂ ਨੇ, ਸੋ ਅਸੀਂ ਬਹੁਤ ਹੀ ਵਧੀਆ ਚੀਜ਼ ਬਣੀ ਆ, ਔਰ ਜਿਹੜੀ ਇਹਨਾਂ ਦੀ ਲੋਕੇਸ਼ਨ ਆ ਉਹ ਬੜੀ ਸਾਨੂੰ ਸਾਰਿਆਂ ਨੂੰ ਟਿਕਾਣੇ 'ਤੇ ਆ ਕਿ ਅਸੀਂ ਸਾਰੇ ਇੱਥੋਂ ਦੇ ਨੇਬਰਹੁੱਡ ਆ, ਐਂਡ ਦੂਜੀ ਜਿਹਨਾਂ ਦਾ ਟੇਸਟ ਜੋ ਪੀਜ਼ਾ, ਦੈਟ ਇਜ਼ ਅ ਵੰਡਰਫੁਲ।
ਸਭ ਤੋਂ ਖਾਸ ਗੱਲ ਮੈਨੂੰ ਜੋ ਲੱਗੀ ਕਿ ਪੀਜ਼ਾ ਬੱਚਿਆਂ ਨੂੰ ਪਸੰਦ ਹੁੰਦਾ ਲੇਕਿਨ ਸ਼ਿਕਾਗੋ ਪੀਜ਼ਾ ਨੇ ਰਿਕਾਰਡ ਤੋੜਤਾ ਇੱਥੇ ਆ ਕੇ ਹਰ ਏਜ ਦਾ ਜਿਹੜਾ ਬੰਦਾ ਹੈ ਉਹ ਆ ਕੇ ਪੀਜ਼ੇ ਦਾ ਆਨੰਦ ਮਾਣ ਸਕਦਾ ਜਿਵੇਂ ਸਾਨੂੰ ਇਹਨਾਂ ਨੇ ਦੱਸਿਆ ਕਿ ਮੈਂ ਪਹਿਲਾਂ ਪੀਜ਼ਾ ਨਹੀਂ ਖਾਂਦਾ ਸੀਗਾ ਜਾਂ ਫਿਰ ਮੈਨੂੰ ਪੀਜ਼ਾ ਪਸੰਦ ਨਹੀਂ ਸੀਗਾ ਜਦ ਤੋਂ ਸ਼ਿਕਾਗੋ ਪੀਜ਼ਾ ਖੁੱਲਿਆ ਜਦ ਤੋਂ ਮੇਰੀ ਫੈਮਿਲੀ ਮੈਨੂੰ ਇੱਥੇ ਲੈ ਕੇ ਆਈ ਹੈ ਅਤੇ ਮੈਂ ਆਪਣੇ ਆਪ ਨੂੰ ਨਹੀਂ ਰੋਕ ਪਾਉਂਦਾ ਹਰ ਵੀਕਐਂਡ 'ਤੇ ਆ ਕੇ ਆਪਣੇ ਫਰੈਂਡਸ ਦੇ ਨਾਲ ਖਾਂਦਾ ਸ਼ਿਕਾਗੋ ਦਾ ਪੀਜ਼ਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਸੁਰਜੀਤ ਸਿੰਘ ਧਾਲੀਵਾਲ। ਸੁਰਜੀਤ ਸਿੰਘ ਜੀ, ਕਿੱਥੋਂ ਆਏ ਹੋ ਤੁਸੀਂ ਬੇਕਰਫੀਲਡ ਤੋਂ? ਬੇਕਰਫੀਲਡ ਤੋਂ। ਓਕੇ, ਅਤੇ ਕਿਹੜਾ ਪੀਜ਼ਾ ਤੁਸੀਂ ਔਡਰ ਕੀਤਾ? ਇਹ ਹੈਗਾ ਜੀ ਆਪਣੇ ਵੈਜੀ ਟਿੱਕਾ ਮਸਾਲਾ। ਓਕੇ, ਹਾਂਜੀ, ਕੀ ਖਾਸ ਲੱਗਿਆ ਤੁਹਾਨੂੰ ਵੈਜੀ ਟਿੱਕਾ ਮਸਾਲਾ 'ਚ? ਅੱਜ ਕੱਲ੍ਹ ਜੇ ਤੁਸੀਂ ਬਾਹਰੋਂ ਕਿਤੇ ਵੈਜੀ ਪੀਜ਼ਾ ਔਡਰ ਕਰੋ ਨਾ ਤਾਂ ਮਤਲਬ ਵੈਜੀ ਤੁਹਾਨੂੰ ਪਈਆਂ ਦੇਂਦੀਆਂ ਨੇ ਅਤੇ ਬੜੇ ਸੋਹਣੇ ਸਟੇਜੇ ਢੰਗ ਨਾਲ ਮਤਲਬ ਕੁੱਕ ਕੀਤੀਆਂ ਹੋਈਆਂ ਜੀ ਓਵਨ ਦੇ ਵਿੱਚ ਦੀ ਨਾ, ਅਤੇ ਪਲੱਸ ਜਿਹੜੀ ਡੋ ਆ ਜੋ ਤੁਸੀਂ ਵਾਈਟ ਲੈਂਦੇ ਹਾਂ ਜਦੋਂ ਵੀ ਅਸੀਂ ਹੁਣ ਜ਼ਿਆਦਾਤਰ ਇਹੀ ਔਡਰ ਕਰੀਦਾ, ਡੋ ਆ ਤੁਸੀਂ ਵਾਈਟ ਕਰਦੇ ਹੋ ਉਹ ਕੋਈ ਸਟ੍ਰੈਚ ਹੀ ਨਹੀਂ ਹੁੰਦੀ ਮਤਲਬ ਰਾਈਟ ਵੇ ਟੁੱਟਦੀ ਈਜ਼ੀਲੀ ਚੂ ਡਾਈਜੈਸਟ, ਹਾਂ ਇਸ ਵਿੱਚੋਂ ਡਾਈਜੈਸਟ ਵਾਸ਼ ਇਹਦੀ ਹੁੰਦੀ। ਓਕੇ, ਸਭ ਤੋਂ ਖਾਸ ਗੱਲ ਜਿਹੜੀ ਮੈਨੂੰ ਭਾਅ ਜੀ ਹੋਰਾਂ ਦੱਸੀ, ਕਹਿੰਦੇ ਕਿ ਜਿਹੜਾ ਇਹਦਾ ਦਾ ਡੋ ਹੈ ਜਿਹੜਾ ਬੇਸ ਹੈਗਾ ਉਹ ਇੰਨਾ ਕ੍ਰਿਸਪੀ ਤਾਂ ਹੈਗਾ ਹੀ ਹੈ ਅਤੇ ਨਾਲ ਆਰਾਮ ਨਾਲ ਉਹ ਮੂੰਹ ਦੇ ਵਿੱਚ ਘੁੱਲ ਜਾਂਦਾ ਔਰ ਤੁਹਾਨੂੰ ਚੂ ਵੀ ਜ਼ਿਆਦਾ ਨਹੀਂ ਕਰਨਾ ਪੈਂਦਾ ਅਤੇ ਈਜ਼ੀਲੀ ਤੁਸੀਂ ਉਹਨੂੰ ਚੂਈ ਕਰ ਸਕਦੇ ਹੋ ਔਰ ਸਭ ਤੋਂ ਖਾਸ ਗੱਲ ਕਿ ਇਹ ਪੀਜ਼ਾ ਡਾਈਜੈਸਟ ਹੋ ਜਾਂਦਾ। ਸਾਡੇ ਪੰਜਾਬੀਆਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਬਹੁਤ ਹੈ ਲੇਕਿਨ ਘਬਰਾਉਣ ਦੀ ਲੋੜ ਨਹੀਂ, ਹੁਣ ਇਹ ਪੀਜ਼ਾ ਉਹ ਬਣਿਆ ਜਿਹੜਾ ਤੁਹਾਨੂੰ ਡਾਈਜੈਸਟ ਵੀ ਕਰ ਸਕਦਾ, ਆਰਾਮ ਨਾਲ ਖਾ ਕੇ ਆ ਸਕਦੇ ਹੋ ਬੇਕਰਸਫੀਲਡ ਦੇ ਇਸ ਆਊਟਲੈਟ ਦੇ ਵਿੱਚ। ਹੋਰ ਵੀ ਕਸਟਮਰਸ ਇੱਥੇ ਮੌਜੂਦ ਹਨ, ਉਹਨਾਂ ਤੋਂ ਵੀ ਵਿਚਾਰ ਕਰ ਲੈਂਦੇ, ਉਹਨਾਂ ਤੋਂ ਵੀ ਗੱਲ ਕਰ ਲੈਂਦੇ ਕਿ ਉਹ ਕੀ ਕੁਝ ਕਹਿਣਾ ਚਾਹੁੰਦੇ ਹਨ ਇਸ ਪੀਜ਼ਾ ਬਾਰੇ। ਸਤਿ ਸ਼੍ਰੀ ਅਕਾਲ ਭਾਅ ਜੀ, ਵਟਸ ਯੂਰ ਨੇਮ? ਰਿਸ਼ੂ ਢਿੱਲੋਂ ਜੀ। ਰਿਸ਼ੂ ਜੀ, ਕੀ ਖਾ ਰਹੇ ਹੋ ਤੁਸੀਂ, ਕਿਹੜਾ ਪੀਜ਼ਾ ਆਰਡਰ ਕੀਤਾ? ਬਟਰ ਚਿਕਨ ਹੈ ਜੀ। ਉਹ ਲਓ ਜੀ ਲਓ, ਬਟਰ ਚਿਕਨ ਦੀ ਸਾਨੂੰ ਇੰਤਜ਼ਾਰ ਸੀਗਾ, ਬਟਰ ਚਿਕਨ ਪੀਜ਼ਾ ਸਾਨੂੰ ਮਿਲ ਹੀ ਗਿਆ ਅਤੇ ਕੀ ਖਾਸ ਹੈਗਾ ਬਟਰ ਚਿਕਨ ਪੀਜ਼ਾ ਦੇ ਵਿੱਚ? ਇੱਕ ਤਾਂ ਜੀ ਸਪੈਸ਼ਲੀ ਬਟਰ ਚਿਕਨ ਵਾਲਾ ਟੇਸਟ ਆ ਅਤੇ ਆਲ ਦਾ ਇਨਗਰੀਡੀਅੰਟਸ ਬੜੀਆਂ ਵਧੀਆ ਨੇ ਅਤੇ ਯੂਨੀਕ ਆ ਡੈਫੀਨੇਟਲੀ। ਕਿਹੜਾ ਪੀਜ਼ਾ ਆਰਡਰ ਕੀਤਾ ਜੀ? ਹਾਂਜੀ ਵੈਜੀ ਜੀ। ਵੈਜੀ? ਹਾਂਜੀ ਵੈਜੀ। ਕੀ ਖਾਸ ਲੱਗਿਆ ਤੁਹਾਨੂੰ ਪੀਜ਼ਾ ਦੇ ਵਿੱਚ? ਬਹੁਤ ਸਵਾਦ ਟੇਸਟ ਆ, ਇੰਝ ਲੱਗਦਾ ਜਾਣੀ ਸਿਰ ਨਾ ਬਿਲਕੁਲ ਹਾਜ਼ਮੇ ਵਾਲਾ। ਕਿੰਨਾ ਟਾਈਮ ਹੋ ਗਿਆ ਅਮਰੀਕਾ ਆਏ ਹੋਏ ਤੁਹਾਨੂੰ? ਬਹੁਤ ਚਿਰ ਹੋ ਗਿਆ। ਪਹਿਲਾਂ ਖਾਂਦੇ ਸੀ ਪੀਜ਼ਾ? ਨਾ ਅਸੀਂ ਜਾਣੀ ਪਹਿਲਾਂ ਨਹੀਂ ਖਾਂਦੇ, ਪੀਜ਼ਾ ਖਾਂਦੇ ਪਰ ਇੱਦਾਂ ਦਾ ਨਹੀਂ, ਇੱਦਾਂ ਦਾ ਨਹੀਂ ਖਾਇਆ ਗਾ। ਤੁਸੀਂ ਭਾਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੀਜ਼ਾ ਬਹੁਤ ਵਧੀਆ ਜੀ, ਅਸੀਂ ਬਟਰ ਚਿਕਨ ਪੀਜ਼ਾ ਆਰਡਰ ਕੀਤਾ, ਬੜਾ ਟੇਸਟੀ ਆ, ਜੂਸੀ ਆ, ਓਇਲੀ ਨਹੀਂ ਹੈਗਾ, ਬਹੁਤ ਵਧੀਆ ਲੱਗਿਆ। ਉੱਪਰ ਦੀ ਸਾਡੀ ਟੀਮ ਕੋਲਡ ਜਿੱਤ ਗਈ, ਮੈਂ ਇੰਡੀਆਨਾਪੋਲਿਸ ਤੋਂ ਹਾਂ, ਟਰੈਵਲ ਕਰ ਰਿਹਾ, ਕੋਰਸ ਵਾਲੇ ਹੀ ਗੇਮ ਜਿੱਤ ਗਏ ਅਤੇ ਉਦੋਂ ਤਿੰਨ ਗੁਣਾ ਜ਼ਿਆਦਾ ਟੇਸਟੀ ਲੱਗਿਆ। ਜੀ ਕਰਦਾ ਵੀ ਪੀਜ਼ਾ ਇੰਡੀਆਨਾਪੋਲਿਸ ਲੈ ਜਾਈਏ ਅਤੇ ਅਗਲਾ ਜਦੋਂ ਮੈਚ ਹੋਵੇ ਉੱਥੇ ਬਹਿ ਕੇ ਇਹਦੇ ਨਾਲ ਦੇਖੀਏ। ਕੀ ਬਾਤ ਹੈ! ਅਤੇ ਜਿਵੇਂ ਸਾਨੂੰ ਭਾਅ ਜੀ ਨੇ ਦੱਸਿਆ ਕਿ ਮੈਂ ਸਪੋਰਟਸ ਵੇਖਣ ਆਇਆ ਸੀਗਾ, ਇੰਡੀਆਨਾਪੋਲਿਸ ਜਾ ਰਿਹਾ ਸੀਗਾ ਅਤੇ ਮੇਰੀ ਟੀਮ ਜਿੱਤ ਗਈ ਅਤੇ ਮੈਂ ਪੀਜ਼ਾ ਇੱਕ ਔਡਰ ਕੀਤਾ ਸੀਗਾ, ਮੈਂ ਇੱਕ ਖੁਸ਼ੀ ਦੇ ਵਿੱਚ ਇੱਕ ਪੀਜ਼ਾ ਹੋਰ ਔਡਰ ਕਰ ਰਿਹਾ, ਬਟਰ ਚਿਕਨ ਪੀਜ਼ਾ ਇਹਨੇ ਔਡਰ ਕੀਤਾ ਸੀਗਾ, ਹੁਣ ਕਿਹੜਾ ਕਰੋਗੇ? ਨਾਓ ਹੀ ਇਜ਼ ਟਰਾਇੰਗ ਟੂ ਗੈਟ ਬਾਰਬੀਕਿਊ ਚਿਕਨ ਪੀਜ਼ਾ ਅਤੇ ਖੁਸ਼ੀ ਮਨਾਉਣਗੇ ਬਾਰਬੀਕਿਊ ਚਿਕਨ ਪੀਜ਼ਾ ਖਾ ਕੇ, ਲੇਕਿਨ ਜੇਕਰ ਤੁਸੀਂ ਖੁਸ਼ੀ ਮਨਾਉਣੀ ਹੈ ਤਾਂ ਤੁਹਾਨੂੰ ਵੀ ਆਉਣਾ ਪਏਗਾ ਬੇਕਰਸਫੀਲਡ ਸ਼ਿਕਾਗੋ ਪੀਜ਼ਾ ਔਰ ਮਨਪਸੰਦ ਦਾ ਜੋ ਵੀ ਤੁਹਾਡਾ, ਇਫ ਯੂ ਆਰ ਵੈਜੀਟੇਰੀਅਨ ਯੂ ਕੈਨ ਆਰਡਰ ਪਨੀਰ ਟਿੱਕਾ, ਯੂ ਕੈਨ ਆਰਡਰ ਵੈਜੀਟੇਬਲ ਪੀਜ਼ਾ, ਅਗਰ ਤੁਸੀਂ ਨੋਨ ਵੈਜੀਟੇਰੀਅਨ ਹੋ ਤੁਹਾਨੂੰ ਨੋਨ ਵੈਜ ਪਸੰਦ ਆ ਤਾਂ ਤੁਸੀਂ ਬਟਰ ਚਿਕਨ ਇਹਨਾਂ ਦਾ ਆਰਡਰ ਕਰ ਸਕਦੇ ਹੋ, ਚਿਕਨ ਕਰੀ ਇਹਨਾਂ ਦਾ ਹੈਗਾ, ਬਾਰਬੀਕਿਊ ਇਹਨਾਂ ਦਾ ਪੀਜ਼ਾ ਹੈਗਾ, ਯੂ ਕੈਨ ਆਰਡਰ ਦੈਟ ਪੀਜ਼ਾ ਔਰ ਇਹਨਾਂ ਦੀ ਵਿੰਗਸ ਵੀ ਹੈਗੀਆਂ, ਬਫੈਲੋ ਵਿੰਗਸ, ਬ੍ਰੈਡਸ ਵੀ ਹੈਗੇ, ਬ੍ਰੈਡ ਦੇ ਵਿੱਚ ਤੁਹਾਨੂੰ ਪੂਰਾ ਇੰਡੀਅਨ ਟੇਸਟ ਆਉਂਦਾ, ਬੜਾ ਕੁਛ ਇੱਥੇ ਵਰਾਇਟੀ ਵੇਖਣ ਨੂੰ ਮਿਲ ਰਹੀ ਹੈ, ਪਨੀਰ ਪਕੌੜਾ ਵੀ ਹੈਗਾ ਇੱਥੇ, ਓਵਨ ਬੇਕ ਸਮੋਸਾ ਵੀ ਤੁਹਾਨੂੰ ਇੱਥੇ ਮਿਲੇਗਾ ਅਤੇ ਉਹ ਵੀ ਵੱਖ ਵੱਖ ਵਰਾਇਟੀਜ਼ ਤੁਹਾਨੂੰ ਇਸ ਆਊਟਲੈਟ ਦੇ ਵਿੱਚ ਮਿਲੇਗੀ ਜਿੱਥੇ ਤੁਸੀਂ ਸਪੋਰਟਸ ਦਾ ਵੀ ਆਨੰਦ ਮਾਣ ਸਕਦੇ ਹੋ ਅਤੇ ਨਾਲ ਖਾ ਸਕਦੇ ਹੋ ਪੀਜ਼ਾ। ਇੱਕ ਗੱਲ ਕਹਿਣੀ ਮੰਗਦਾ, ਮੇਰੇ ਆਪਦੇ ਵੀ ਪੀਜ਼ਾ ਹੱਟ ਆ ਜੀ ਇੱਥੇ ਸ਼ਹਿਰ ਦੇ ਵਿੱਚ, 4-5 ਸਾਡੇ ਪੀਜ਼ਾ ਹੱਟ ਆ, ਉਹਨਾਂ ਦਾ ਟੇਸਟ ਡਿਫਰੈਂਟ ਹੈ, ਇਹਨਾਂ ਦਾ ਟੇਸਟ ਡਿਫਰੈਂਟ, ਇਹਦੇ ਵਿੱਚ ਜਿਹੜਾ ਇੱਕ ਤਾਂ ਓਇਲ ਬਹੁਤ ਘੱਟ ਲੱਗਦਾ ਮੈਨੂੰ, ਕਿਉਂਕਿ ਪੀਜ਼ਾ ਹੱਟ ਦਾ ਆਪਦਾ ਸਟੈਂਡਰਡ ਆ, ਉਹ ਆਪਦੀ ਰੈਸਪੀ ਬਣਾਉਂਦੇ ਆ, ਉਹਦੇ 'ਚ ਓਇਲ ਕਾਫੀ ਹੁੰਦਾ ਜੀ, ਇਹਦੇ 'ਚ ਓਇਲ ਕਾਫੀ ਨੀਗਾ, ਵਧੀਆ ਲੱਗ ਰਿਹਾ ਹੈ, ਅਤੇ ਬਾਕੀ ਅਦਰਕ ਦਾ ਸਵਾਦ ਆ ਰਿਹਾ ਜਾਂ ਹੋਰ ਚੀਜ਼ਾਂ ਦਾ ਸਵਾਦ ਆ ਰਿਹਾ, ਬੜਾ ਟੇਸਟੀ ਆ। ਮੈਂ ਸ਼ਿਕਾਗੋ ਪੀਜ਼ਾ 'ਤੇ ਮੈਂ ਪੀਜ਼ਾ ਖਾ ਰਿਹਾ, ਮੈਂ ਤੁਹਾਨੂੰ ਬਾਅਦ ਦੇ ਵਿੱਚ ਕਾਲ ਕਰਦਾ, ਥੋੜ੍ਹਾ ਬਿਜ਼ੀ ਹਾਂ, ਆਪਣੇ ਫਰੈਂਡ ਬੈਠੇ ਇੱਥੇ ਅਤੇ ਅੱਛਾ। ਹਾਂਜੀ ਹਾਂਜੀ, ਨਵਾਂ ਹੀ ਖੁੱਲ੍ਹਿਆ ਜੀ ਆਪਣੇ ਇੱਥੇ, ਹਾਂਜੀ ਬਹੁਤ ਵਧੀਆ ਜੀ, ਟੇਸਟ ਬਹੁਤ ਵਧੀਆ ਇਹਦਾ, ਅਤੇ ਕਦੇ ਟਰਾਈ ਕਰੋ ਫੈਮਿਲੀ ਨੂੰ ਨਾਲ ਲਿਆ ਕੇ। ਹਾਂਜੀ, ਬਹੁਤ ਲਾਈਕ ਕਰਦੇ ਆ,
ਤੇ ਇਹ ਜੋ ਚੀਜ਼ ਸ਼ਿਕਾਗੋ ਪੀਜ਼ਾ 'ਚ ਬ੍ਰੈਡ ਪੈਂਦੀ ਆ ਉਹ ਵੀ ਬਹੁਤ ਸੌਫਟ ਹੁੰਦੀ ਆ ਅਤੇ ਜਿਹੜੀਆਂ ਸਬਜ਼ੀਆਂ ਨੇ ਉਹ ਵੀ ਫਰੈਸ਼ ਸਬਜ਼ੀਆਂ ਹੁੰਦੀਆਂ ਨੇ ਅਤੇ ਮੈਂ ਬਹੁਤ ਲਾਈਕ ਕਰਦੀ ਹਾਂ। ਪਹਿਲਾਂ ਮੈਂ ਪੀਜ਼ਾ ਪਸੰਦ ਨਹੀਂ ਸੀ ਕਰਦੀ, ਵੈਸੇ ਜਿੱਦਣ ਦਾ ਅਸੀਂ ਸ਼ਿਕਾਗੋ ਪੀਜ਼ਾ ਖੋਲ੍ਹਿਆ ਮੈਂ ਬੱਚਿਆਂ ਤੋਂ ਕਹਿ ਕੇ ਘਰ ਮੰਗਵਾਉਂਦੀ ਹਾਂ ਪੀਜ਼ਾ ਅਤੇ ਮੈਨੂੰ ਬਹੁਤ ਵਧੀਆ ਲੱਗਦਾ, ਮੈਂ ਬਹੁਤ ਖੁਸ਼ ਹਾਂ ਅਤੇ ਮੇਰਾ ਬੇਟਾ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ ਅਤੇ ਪੀਜ਼ਾ ਮੇਰੇ ਲਈ ਬਹੁਤ ਵਧੀਆ ਸੀ। ਕਿਹੜਾ ਆਰਡਰ ਕਰਦੇ ਤੁਸੀਂ? ਮੈਂ ਪਾਲਕ ਪਨੀਰ। ਪਾਲਕ ਪਨੀਰ ਕੀ ਖਾਸ ਲੱਗਦਾ ਪਾਲਕ ਪਨੀਰ? ਪਾਲਕ ਪਨੀਰ 'ਚ ਮੈਨੂੰ ਬਹੁਤ ਸਪੈਸੀ ਲੱਗਦਾ, ਜ਼ਿਆਦਾ ਵਧੀਆ ਲੱਗਦਾ ਅਤੇ ਇਸ ਕਰਕੇ ਮੈਂ ਜ਼ਿਆਦਾ ਵਧੀਆ ਉਹ ਪਸੰਦ ਕਰਦੀ ਹਾਂ। ਜਿਵੇਂ ਸ਼ੌਨ ਸਾਡੇ ਨਾਲ ਸੀਗੇ ਫਰੈਂਚਾਈਜ਼ੀ ਓਨਰ, ਉਹਨਾਂ ਦੇ ਵਾਈਫ ਇਹ ਵੀ ਫਰੈਂਚਾਈਜ਼ੀ ਓਨਰ ਹੀ ਮੰਨੇ ਜਾਣਗੇ ਔਰ ਹੈ ਵੀ ਨੇ, ਅਤੇ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਕਿ ਕੀ ਕੁਝ ਇੰਸਪੀਰੇਸ਼ਨ ਉਹ ਆਪਣੇ ਹਸਬੈਂਡ ਨੂੰ ਦਿੰਦੇ ਆ ਜਦ ਇੱਥੇ ਆ ਕੇ ਵੈਨ ਸ਼ੀ ਵਰਕ, ਔਰ ਜਦ ਇਹਨਾਂ ਨੇ ਆਊਟਲੈਟ ਖੋਲ੍ਹਿਆ ਸੀਗਾ ਤਾਂ ਕੀ ਸੋਚਿਆ ਸੀਗਾ, ਔਰ ਨਾਓ ਸ਼ੀ ਇਜ਼ ਵਰਕਿੰਗ ਹੇਅਰ ਫੁੱਲ ਟਾਈਮ, ਅਤੇ ਕਿਵੇਂ ਇਹਨਾਂ ਨੂੰ ਮਹਿਸੂਸ ਹੁੰਦਾ? ਸਤਿ ਸ਼੍ਰੀ ਅਕਾਲ ਜੀ, ਅਤੇ ਬਹੁਤ ਖੁਸ਼ੀ ਹੋਈ ਕਿ ਅਸੀਂ ਉਹਦੇ ਖੋਲ੍ਹਿਆ ਬੇਕਰਸਫੀਲਡ 'ਚ ਫਸਟ ਫਰੈਂਚਾਈਜ਼ ਆ, ਅਤੇ ਪਹਿਲੀ ਵਾਰੀ ਮੈਂ ਐਕਚੁਲੀ ਖਾਧਾ ਸੀਗਾ ਫਰੈਜ਼ਨੋ 'ਚ ਅਤੇ ਮੈਨੂੰ ਬਹੁਤ ਟੇਸਟੀ ਲੱਗਿਆ ਸੀ, ਅਤੇ ਜਦ ਮੇਰੇ ਹਸਬੈਂਡ ਨੇ ਦੱਸਿਆ ਕਿ ਅਸੀਂ ਖੋਲ੍ਹਣ ਜਾ ਰਹੇ ਹਾਂ ਤਾਂ ਮੈਂ ਬਹੁਤ ਐਕਸਾਈਟਿਡ ਸੀ, ਪਰ ਹੁਣ ਲਾਈਕ ਮੈਂ ਰੋਜ਼ ਇੱਥੇ ਆ ਰਹੀ ਹਾਂ, ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਪੀਜ਼ਾ। ਦ ਥਿੰਗ ਇਜ਼ ਕਿ ਇਹ ਡਿਫਰੈਂਟ ਆ ਕਿ ਸਪੈਸ਼ਲੀ ਇੱਥੇ ਦੀ ਕਿਹੜੀ ਆਪਣੇ ਫਰੈਸ਼ ਬਣਾਉਂਦੇ ਹਾਂ ਰਾਈਟ, ਬ੍ਰੈਡ ਸਵੇਰੇ ਲਾਈਕ ਡੋ ਬਣਾਉਂਦੇ ਹਾਂ ਰਾਈਟ, ਅਤੇ ਈਵਨ ਵੈਜੀਟੇਬਲ ਫਰੈਸ਼ਲੀ ਰੋਜ਼ ਸਵੇਰੇ ਕੱਟ ਹੁੰਦੇ ਨੇ ਅਤੇ ਲੋਕਾਂ ਦੀ ਬਹੁਤ ਵਧੀਆ ਗੁੱਡ ਰਿਵਿਊ ਆ ਰਹੀ ਆ। ਆਈ ਮੀਨ ਯਾ, ਸੋ ਲੋਕਾਂ ਦੇ ਜੇਕਰ ਗੱਲ ਕਰੀਏ ਕਿਹੜੇ ਕਿਹੜੇ ਲੋਕਾਂ ਦੇ ਵਧੀਆ ਰਿਵਿਊ ਆ ਰਹੀ ਹੈ? ਸਿਰਫ ਆਪਣੇ ਦੇਸੀ ਲੋਕਾਂ ਦੀ ਵਧੀਆ ਰਿਵਿਊ ਆ ਰਹੀ ਕਿ ਜਿਹੜੇ ਹੋਰ ਵੀ ਸਾਡੇ ਭਾਈਚਾਰੇ ਨੇ ਤੇ ਉਹਨਾਂ ਦੀ ਵੀ ਵਧੀਆ ਰਿਵਿਊ ਆ ਰਹੀ ਹੈ? ਹਾਂਜੀ, ਆਪਣੇ ਇੰਡੀਅਨ ਦੇਸੀਜ਼ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਰਿਹਾ, ਈਵਨ ਅਮੈਰੀਕਨਸ ਨੂੰ ਆਪਣਾ ਉਹਨਾਂ ਨੂੰ ਟੇਸਟ ਲਾਈਕ, ਕਿਉਂਕਿ ਆਪਣਾ ਇੰਡੀਅਨ ਟੇਸਟ ਉਹਨਾਂ ਨੂੰ ਬਹੁਤ ਵਧੀਆ, ਆਪਣੇ ਜਿੰਜਰ ਗਾਰਲਿਕ ਵਗੈਰਾ ਪਾਉਂਦੇ ਆ, ਸੋ ਦੇ ਰੀਲੀ ਲਾਈਕ ਇਟ। ਤੇ ਇਹ ਸੀਗੇ ਪਵਨ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਇੱਥੇ ਹਰ ਕੋਈ ਆ ਕੇ ਆਨੰਦ ਮਾਣ ਰਿਹਾ ਪੀਜ਼ੇ ਦਾ, ਭਾਵੇਂ ਉਹ ਅਮੈਰੀਕਨਸ ਹੋਣ ਭਾਵੇਂ ਆਪਣੇ ਇੰਡੀਅਨਸ ਹੋਣ, ਤਾਂ ਤੰਦੂਰੀ ਜਿਹੜਾ ਪੀਜ਼ਾ ਉਹ ਸਿਗਨੇਚਰ ਡਿਸ਼ ਹੈਗੀ ਹੈ ਸ਼ਿਕਾਗੋ ਪੀਜ਼ਾ ਬੇਕਰ ਫੀਲਡ ਦੇ ਵਿੱਚ ਆ ਕੇ, ਅਤੇ ਪਵਨ ਵੀ ਦਰਖਾਸਤ ਕਰਦੇ ਹੋਏ ਤੁਹਾਨੂੰ ਰਿਕੁਐਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਤੁਸੀਂ ਵੀ ਆਓ ਔਰ ਆਨੰਦ ਮਾਣੋ ਸ਼ਿਕਾਗੋ ਪੀਜ਼ਾ ਵਿੱਚ ਆ ਕੇ। ਅਤੇ ਸ਼ਾਨ ਭਾਅ ਜੀ ਹੁਣ ਮੌਜੂਦ ਨੇ ਮੇਰੇ ਨਾਲ, ਸਾਰਿਆਂ ਨਾਲ ਗੱਲਾਂ ਬਾਤਾਂ ਹੋ ਗਈਆਂ, ਔਰ ਬਿਜ਼ਨਸ ਆਫ ਦ ਵੀਕ ਦੇ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੀ ਹੋਰ ਖਾਸ ਸਰਵਿਸਿਜ਼ ਇੱਥੇ ਮੌਜੂਦ ਹੈਗੀਆਂ। ਮੈਂ ਬੀਅਰ ਟੈਪਸ ਇੱਥੇ ਵੇਖ ਰਿਹਾ ਅਤੇ ਨਾਲ ਮੈਂ ਇੱਥੇ ਇੱਕ ਵੇਖਿਆ ਵੀ ਕੈਚ ਐਵਰੀ ਲਾਈਵ ਗੇਮ ਐਵਰੀ ਸੰਡੇ ਹੇਅਰ, ਬਾਕਮਾਲ ਟੀ ਵੀ ਇੱਥੇ ਲੱਗੇ ਹੋਏ ਨੇ ਔਰ ਗੇਮਾਂ ਵੀ ਚੱਲ ਰਹੀਆਂ, ਬੇਸਬਾਲ ਬਾਸਕਟਬਾਲ ਇੱਥੇ ਵੇਖਣ ਨੂੰ ਮਿਲਦੀ ਹੈ ਅਤੇ ਪੂਰੇ ਸਪੋਰਟਸ ਬਾਰ ਦੀ ਜਿਹੜੀ ਫੀਲ ਆ ਉਹ ਦਿੱਤੀ ਹੋਈ ਹੈ। ਜਾਣਨ ਦੀ ਕੋਸ਼ਿਸ਼ ਕਰਦੇ ਉਹ ਆਈਡੀਆ ਕਿੱਥੋਂ ਆਇਆ, ਕਿਉਂਕਿ ਪਹਿਲਾ ਆਊਟਲੈਟ ਮੈਂ ਵੇਖ ਰਿਹਾ ਸ਼ਿਕਾਗੋ ਪੀਜ਼ਾ ਦਾ ਜਿਹਦੇ ਵਿੱਚ ਇਹ ਫੈਸਿਲਿਟੀ ਮਿਲਦੀ ਹੈ। ਭਾਅ ਜੀ ਮੈਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ, ਥੋੜ੍ਹਾ ਸਾਡੇ ਕੋਲ ਹੈਗੀਆਂ 10 ਡਿਫਰੈਂਟ ਬੀਅਰਸ ਔਨ ਟੈਪ, ਜਿਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਉਹਨਾਂ ਨਾਲ ਵੱਧ ਤੋਂ ਵੱਧ ਵਰਾਇਟੀ ਦਿੱਤੀ ਜਾਵੇ। ਮੇਰੇ ਕੋਲ ਸਿੰਪਲ ਲਾਵਰਸ ਵੀ ਨੇ ਜਿਵੇਂ ਬਲੂ ਮੂਨ ਮੰਡੈਲੋ ਹੋ ਗਈ, ਪਰ ਜਿਵੇਂ ਕਿ ਅੱਜ ਕੱਲ੍ਹ ਇੱਕ ਟਰੈਂਡ ਆ ਕ੍ਰੈਫਟ ਬੀਅਰ ਦਾ, ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆ ਕ੍ਰੈਫਟ ਬੀਅਰ ਵੱਲ ਸ਼ਿਫਟ ਹੋ ਰਹੇ ਨੇ, ਉਹਨਾਂ ਦੇ ਵਿੱਚੋਂ ਜਿਵੇਂ ਲੈਂਥ ਵਾਈਜ਼ ਹੋ ਗਈ ਮੇਰੇ ਕੋਲ ਸਿਟਰਾ ਸਿਮਕੋ ਲਾਗਨੀਰਾਜ਼ IPA ਇੰਡੀਅਨ ਪੇਲ ਏਲਸ ਨੇ, ਸੋ ਡਿਫਰੈਂਟ ਡਿਫਰੈਂਟ ਮੇਰੀ ਕਾਫੀ ਵਰਾਇਟੀ ਦਿੱਤੀ ਹੋਈ ਆ ਕਿ ਲੋਕ ਸਾਰੀਆਂ ਤਰ੍ਹਾਂ ਦੀਆਂ ਬੀਅਰਸ ਨੂੰ ਇੰਜੋਏ ਕਰ ਸਕਣ, ਔਰ ਮੇਰੇ ਕੋਲ ਬੀਅਰ ਐਂਡ ਵਾਈਨ ਲਾਇਸੈਂਸ ਆ, ਪਲੱਸ ਸਾਡੇ ਕੋਲ ਵਾਈਨ ਬੋਟਲਸ ਵੀ ਹੈਗੀਆਂ ਨੇ, ਕੈਬਰਨੇ ਜਾਂ ਮਰਲੋ ਨੇ, ਡਿਫਰੈਂਟ ਡਿਫਰੈਂਟ ਵਾਈਨ ਆਪਸ਼ਨਸ ਵੀ ਹੈਗੀਆਂ ਨੇ। ਜਿਹੜੀ ਤੁਸੀਂ ਗੱਲ ਕੀਤੀ ਆ ਕੈਚ ਐਵਰੀ ਲਾਈਵ ਗੇਮ ਹੈ ਨਾ ਐਵਰੀ ਸੰਡੇ, ਉਹ ਸਪੈਸੀਫਿਕਲੀ ਜਿਵੇਂ ਤੁਹਾਨੂੰ ਪਤਾ ਅਮੈਰੀਕਨ ਫੁੱਟਬਾਲ ਦਾ ਕਰੇਜ਼ ਬਹੁਤ ਆ, ਅਤੇ ਫੁੱਟਬਾਲ ਲਈ ਸਪੈਸ਼ਲੀ ਮੇਰੀ ਰੈਸਟੋਰੈਂਟ ਲਈ ਸੰਡੇ ਲੀਗ ਟਿਕਟ ਲਈ ਹੋਈ ਆ, ਉਹ ਜਿਹੜੀਆਂ ਗੇਮਸ ਨੇ ਉਹ ਸਪੈਸ਼ਲ ਟਿਕਟ ਦੇ ਨਾਲ ਹੀ ਆਉਂਦੀਆਂ, ਉਹ ਤੁਸੀਂ ਰੈਗੂਲਰ ਟੀਵੀ 'ਤੇ ਦੇਖ ਨਹੀਂ ਸਕਦੇ, ਔਰ ਜੋ ਮੈਂ ਇਹ ਵੱਡੇ ਟੀਵੀ ਲਾਏ ਹੋਏ ਨੇ ਇਹਨਾਂ 'ਤੇ ਆਪਾਂ ਹਰੇਕ ਜਿਹੜੀ ਲਾਈਵ ਗੇਮ ਆ ਉਹ ਪਲੇ ਕਰਦੇ ਹਾਂ, ਥਰਸਡੇ ਨਾਈਟ ਫੁੱਟਬਾਲ ਆ, ਸੰਡੇ ਆ, ਮੰਡੇ ਗੇਮਸ ਨੇ, ਸੋ ਇਹਨਾਂ ਸਾਰੀਆਂ ਚੀਜ਼ਾਂ ਲੋਕ ਲੁਤਫ ਲੈ ਰਹੇ ਨੇ, ਬੜੇ ਐਕਸਾਈਟਡ ਨੇ, ਔਰ ਗੇਮ ਡੇ ਵਾਲੇ ਦਿਨ ਕਾਫੀ ਇੱਥੇ ਰਸ਼ ਹੁੰਦਾ, ਉਸ ਤਰ੍ਹਾਂ ਦੀ ਅਸੀਂ ਡੀਲਸ ਵੀ ਇਹਨਾਂ ਨੂੰ ਦਿੰਦੇ ਹਾਂ ਗੇਮ ਡੇ ਸਪੈਸ਼ਲ ਵਗੈਰਾ, ਸੋ ਕਾਫੀ ਕੁਛ ਇੰਟਰਟੇਨਮੈਂਟ ਦਾ ਪੈਕੇਜ ਇਕੱਠਾ ਜੀ ਇਹ। ਭਾਅ ਜੀ ਜੇਕਰ ਅਸੀਂ ਹੁਣ ਇਹਨਾਂ ਨੂੰ ਸਮਝਾ ਦਈਏ ਆਪਣੇ ਵੀਅਰਸ ਨੂੰ, ਵਿਚ ਪੀਜ਼ਾ ਗੋਜ਼ ਬੈਸਟ ਵਿਚ ਵਿਦ ਵਿਚ ਬੀਅਰ? ਬੀਅਰ ਦਰਅਸਲ ਇਹ ਹੈ ਜੀ ਇੱਕ ਕੰਪਲੀਮੈਂਟ ਆ ਪੀਜ਼ੇ ਲਈ, ਹੈ ਨਾ, ਪੀਜ਼ਾ ਜਿਹੜਾ ਮਰਜ਼ੀ ਹੋਵੇ ਬੀਅਰ ਉਹਨੂੰ ਕੰਪਲੀਮੈਂਟ ਕਰ ਦਿੰਦੀ ਹੈ, ਪਰ ਜੋ ਮੇਰੀ ਪਰਸਨਲ ਚੋਇਸ ਆ ਮੈਂ ਕਹੂੰਗਾ ਬਟਰ ਚਿਕਨ ਦੇ ਨਾਲ ਜੇ ਬੀਅਰ ਦਾ ਹੋਵੇ ਉਹ ਵੱਖਰਾ ਹੀ ਸਵਾਦ। ਤੇ ਦੋਨੋਂ ਗੱਲਾਂ ਤੁਹਾਨੂੰ ਮਿਲ ਗਈਆਂ ਜੀ, ਬਟਰ ਚਿਕਨ ਵੀ ਤੁਹਾਨੂੰ ਆਪਣਾ ਮਿਲ ਗਿਆ ਤੇ ਨਾਲ ਤੁਹਾਨੂੰ ਬੀਅਰ ਵੀ ਮਿਲ ਗਈ, ਤੇ ਦੋਨੋਂ ਬੀ ਤੁਹਾਨੂੰ ਇੱਥੇ ਮਿਲ ਗਏ, ਲੇਕਿਨ ਤੁਹਾਨੂੰ ਉਸ ਬੀ ਦੇ ਲਈ ਆਉਣਾ ਪਏਗਾ, ਬੀ ਯਾਨੀ ਕਿ ਬੇਕਰਸ ਫੀਲਡ ਦੇ ਵਿੱਚ ਆ ਕੇ ਤੁਹਾਨੂੰ ਮਿਲਣਾ ਪਏਗਾ ਭਾਜੀ ਦੇ ਨਾਲ, ਔਰ ਕਰਨਾ ਪਏਗਾ ਇੱਥੇ ਆਰਡਰ ਸ਼ਿਕਾਗੋ ਪੀਜ਼ਾ ਦੇ ਵਿੱਚ।
come with your family and friends. ਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਛੋਟੀ ਜ਼ਿੰਦਗੀ ਹੈ, ਇਹਨੂੰ ਇੰਜੋਏ ਕਰੋ, ਖੁੱਲ੍ਹ ਕੇ ਖਾਓ ਪੀਓ, ਖਾਸ ਕਰਕੇ ਸ਼ਿਕਾਗੋ ਪੀਜ਼ੇ 'ਤੇ ਆ ਕੇ ਖਾਓ ਅਤੇ ਪੀਓ ਵੀ। ਜੇ ਤੁਸੀਂ ਨਹੀਂ ਪਿਕਅਪ ਕਰ ਸਕਦੇ ਪੀਜ਼ਾ, ਸਾਨੂੰ ਕਾਲ ਕਰੋ 6615670000 6615670000 'ਤੇ ਕਾਲ ਕਰੋ, ਅਸੀਂ ਹੋਮ ਡਿਲੀਵਰੀ ਕਰਦੇ ਹਾਂ। ਔਨਲਾਈਨ ਔਡਰ ਲਈ ਤੁਸੀਂ ਜਾ ਸਕਦੇ ਹੋ www.chicagospizzatwist.com ਦੇ ਉੱਪਰ ਜਾਓ ਅਤੇ ਮਜ਼ੇ ਲਓ, ਨਵੇਂ ਨਵੇਂ ਸਵਾਦਾਂ ਦੇ ਚੱਖੋ, ਮਾਣੋ, ਆਨੰਦ ਲਓ। ਸੋ ਬਿਜ਼ਨਸ ਆਫ ਦ ਵੀਕ ਦੇ ਵਿੱਚ ਸਫ਼ਰ ਪਹੁੰਚਿਆ ਸਾਡਾ ਬੇਕਰਸਫੀਲਡ ਕੈਲੀਫੋਰਨੀਆ, ਜਿੱਥੇ ਤੁਹਾਨੂੰ ਸ਼ਿਕਾਗੋ ਪੀਜ਼ਾ ਦੇ ਇਸ ਫਰੈਂਚਾਈਜ਼ੀ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਇਆ, ਜਿੱਥੇ ਸ਼ਾਨ ਨੇ ਸਾਨੂੰ ਦੱਸਿਆ ਅਤੇ ਪਵਨ ਨੇ ਸਾਨੂੰ ਦੱਸਿਆ ਕਿ ਆਓ ਖਾਓ ਅਤੇ ਨਾਲ ਪੀਓ ਵੀ। ਅਤੇ ਲੇਕਿਨ ਜੇਕਰ ਤੁਸੀਂ ਇਸ ਆਊਟਲੈਟ ਦੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਸ਼ਾਨ ਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਵੀ ਡਿਲੀਵਰੀ ਕਰਾ ਸਕਦੇ ਹੋ, ਜਿਹੜਾ ਨੰਬਰ SMTV ਸਕਰੀਨ ਦੇ ਉੱਤੇ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਸ਼ਾਨ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਥੈਂਕ ਯੂ ਵੈਰੀ ਮੱਚ ਪਵਨ ਫੋਰ ਯੂਰ ਪ੍ਰੀਸ਼ੀਅਸ ਟਾਈਮ। ਸੋ ਅੱਜ ਇਸ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਫਿਲਹਾਲ ਇੰਨਾ ਹੀ, ਮਿਲਾਂਗੇ ਇੱਕ ਨਵੇਂ ਐਪੀਸੋਡ ਦੇ ਨਾਲ ਨਵੀਂ ਜਗ੍ਹਾ 'ਤੇ, ਔਰ ਲਵਾਂਗੇ ਨਜ਼ਾਰੇ ਉੱਥੇ ਜਾ ਕੇ ਵੀ, ਦਿਖਾਵਾਂਗੇ ਤੁਹਾਨੂੰ ਉੱਥੇ ਦੀ ਵੀ ਆ ਕੁਛ ਝਲਕੀਆਂ। ਲੇਕਿਨ ਅੱਜ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਵਿਦ ਡਾਇਰੈਕਟਰ ਬ੍ਰੋਡਕਾਸਟਿੰਗ ਦੀਪਕ ਧੀਮਾਨ ਅਤੇ ਅਸਿਸਟੈਂਟ ਡਾਇਰੈਕਟਰ ਦਲਵੀਰ ਸਿੰਘ ਦੇ ਨਾਲ, ਜਸ ਪੰਜਾਬੀ ਦੇ ਲਈ। Chicago's Pizza with a Twist.